ਬੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਦੀਪ ਗਰੇਵਾਲ ਸਵਾਗਤ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬੀ ਸੋਸ਼ਲ ਦੇ ਬੇਹੱਦ ਖਾਸ ਪ੍ਰੋਗਰਾਮ ਸਿਗਨੇਚਰਸ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਅਦਾਕਾਰ ਚਪਜੀ ਖਹਿਰਾ ਚਪਜੀ ਖਹਿਰਾ ਹੋਰਾਂ ਨੇ ਸਾਲ 2006 ਦੇ ਵਿੱਚ ਮਿਸ ਵਰਲਡ ਪੰਜਾਬਣ ਜਿੱਤ ਕੇ ਪੂਰੀ ਦੁਨੀਆ ਦੇ ਵਿੱਚ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਆਪਣਾ ਨਾਂ ਬਣਾਇਆ ਪਰ 2006 ਤੋਂ ਪਹਿਲਾਂ ਵੀ ਉਹਨਾਂ ਨੇ ਕਈ ਰਿਐਲਿਟੀ ਸ਼ੋਜ਼ ਜਾਂ ਕਿ ਰਿਐਲਿਟੀ ਜਿਹੜੇ ਇਵੈਂਟਸ ਹੁੰਦੇ ਨੇ ਉਹ ਜਿੱਤੇ ਜਿਨ੍ਹਾਂ ਵਿੱਚ ਸਾਲ 2003 ਤੋਂ ਉਹਨਾਂ ਦੀ ਸ਼ੁਰੂਆਤ ਹੁੰਦੀ ਹੈ ਮਿਸ ਸ਼ਰਾਰਾ ਕੁਈਨ ਤੋਂ ਅਤੇ 2004 ਦੇ ਵਿੱਚ ਉਹਨਾਂ ਨੇ ਫਿਰ ਉਸ ਤੋਂ ਬਾਅਦ ਸ਼ੂਗਰ ਫੈਸਟੀਵਲ ਜਿੱਤਿਆ ਅਤੇ ਉਸ ਤੋਂ ਬਾਅਦ 2005 ਦੇ ਵਿੱਚ ਉਹਨਾਂ ਨੇ ਚੈਰਿਟੀ ਕੁਈਨ ਦਾ ਖਿਤਾਬ ਵੀ ਜਿੱਤਿਆ 2006 ਦੇ ਵਿੱਚ ਜਦੋਂ ਉਹ ਆਸਟ੍ਰੇਲੀਆ ਤੋਂ ਮਿਸ ਪੰਜਾਬਣ ਬਣੇ ਅਤੇ ਫਿਰ ਉਸ ਤੋਂ ਬਾਅਦ ਉਹ ਆਸਟ੍ਰੇਲੀਆ ਦੀਆਂ ਪੰਜਾਬਣਾਂ ਦੀ ਨੁਮਾਇੰਦਗੀ ਕਰਦੇ ਹੋਏ ਲੁਧਿਆਣਾ ਪੰਜਾਬ ਪਹੁੰਚਦੇ ਨੇ ਜਿੱਥੇ ਉਹਨਾਂ ਨੂੰ 2006 ਦੇ ਵਿੱਚ ਮਿਸ ਵਰਲਡ ਪੰਜਾਬਣ ਦੇ ਖਿਤਾਬ ਦੇ ਨਾਲ ਨਿਵਾਜਿਆ ਜਾਂਦਾ ਅਤੇ 2017 ਤੋਂ ਉਹਨਾਂ ਦੀ ਅਦਾਕਾਰੀ ਦੀ ਸ਼ੁਰੂਆਤ ਹੋ ਗਈ ਸੀ ਹਰਭਜਨ ਮਾਨ ਹੋਰਾਂ ਦੀ ਫਿਲਮ ਮਿੱਟੀ ਵਾਜਾ ਮਾਰਦੀ ਦੇ ਨਾਲ ਅਤੇ ਉਸ ਤੋਂ ਬਾਅਦ ਧਰਤੀ ਫਿਰ ਮਾਮਲਾ ਗੜਬੜ ਗੜਬੜ ਸਿੰਘ ਵਰਸਿਸ ਕੌਰ ਮਿੱਟੀ ਵਿਰਾਸਤ ਬੱਬਰਾਂ ਦੀ ਕੁੜਮਾਈਆਂ ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਉਹਨਾਂ ਨੇ ਹੁਣ ਤੱਕ ਕੀਤੀਆਂ 2020 ਦੇ ਵਿੱਚ ਵੀ ਉਹਨਾਂ ਦੀਆਂ ਬਹੁਤ ਹੀ ਖੂਬਸੂਰਤ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਨੇ ਉਹਨਾਂ ਬਾਬਤ ਵੀ ਗੱਲਬਾਤ ਕਰਾਂਗੇ ਪਰ ਕਿਵੇਂ ਰਹੇ ਉਹਨਾਂ ਦੇ ਇੰਡਸਟਰੀ ਦੇ ਇਹ 14 ਸਾਲ ਅਤੇ ਕਿਉਂ ਉਹਨਾਂ ਨੇ 4-4 ਸਾਲ ਦਾ ਗੈਪ ਲੈ ਕੇ ਫਿਰ ਫਿਲਮਾਂ ਕੀਤੀਆਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਨੰਦ ਲਾਲ ਨੂਰਪੁਰੀ ਹੋਰਾਂ ਦੀਆਂ ਲਿਖੀਆਂ ਹੋਈਆਂ ਖੂਬਸੂਰਤ ਲਾਈਨਾਂ ਦੇ ਨਾਲ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨੰਦ ਲਾਲ ਨੂਰਪੁਰੀ ਲਿਖਦੇ ਨੇ ਕਿ ਜੱਟੀਆਂ ਪੰਜਾਬ ਦੀਆਂ ਢੇਰ ਸੁਖਾਲੀਆਂ ਕੰਨਾਂ ਵਿੱਚ ਡੰਡੀਆਂ ਅਤੇ ਸੋਨੇ ਦੀਆਂ ਵਾਲੀਆਂ ਰੂਪ ਨਾਲ ਰੱਜੀਆਂ ਪੰਜਾਬ ਦੀਆਂ ਰਾਣੀਆਂ ਤੁਹਾਡੇ 'ਤੇ ਬਹੁਤ ਟੁੱਕਦੀਆਂ ਨੇ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬੀ ਸੋਸ਼ਲ 'ਤੇ ਥੈਂਕ ਯੂ ਸਾਰਿਆਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਕਿਵੇਂ ਦੇ ਰਹੇ ਤੁਹਾਡੇ ਇਹ 14 ਸਾਲ ਓਨੈਸਟਲੀ ਮੈਂ ਕਦੀ ਗਿਣਿਆ ਨਹੀਂ ਸੀ ਹੁਣ ਜਦੋਂ ਤੁਸੀਂ ਇੰਟਰੋਡਕਸ਼ਨ ਦੇ ਰਹੇ ਸੀ ਅਤੇ ਮੈਂ ਉਦੋਂ ਸੁਣ ਰਹੀ ਸੀ ਧਿਆਨ ਨਾਲ ਕਿ ਅੱਛਾ 14 ਸਾਲ ਹੋ ਗਿਆ ਰੀਅਲੀ ਇੰਨੇ ਸਾਲ ਹੋ ਗਿਆ ਆਈ ਥਿੰਕ ਇੰਡਸਟਰੀ 'ਚ ਫਿਲਮ ਇੰਡਸਟਰੀ 'ਚ ਆਇਆ ਤਾਂ ਸ਼ਾਇਦ ਥੋੜ੍ਹੇ ਘੱਟ ਆ ਬਟ ਜਿਹੜੀ ਇਹ ਸ਼ੁਰੂਆਤ ਸੀ ਇਹ ਤੁਸੀਂ ਕਹਿ ਸਕਦੇ ਹੋ ਕਿ 14 ਸਾਲ ਪਹਿਲਾਂ ਹੋਈ ਹੋਏਗੀ ਇਨਫੈਕਟ ਉਸ ਤੋਂ ਵੀ ਪਹਿਲਾਂ ਜਦੋਂ ਪ੍ਰੀ ਪ੍ਰੋਸੈਸ ਦਿਮਾਗ 'ਚ ਚੱਲਦਾ ਆ ਕਿ ਮੈਂ ਇੱਦਾਂ ਦੇ ਇਵੈਂਟਸ ਦੇ ਵਿੱਚ ਪਾਰਟ ਲੈਣਾ ਆ ਹਿੱਸਾ ਲੈਣਾ ਸਿਰਫ ਹਿੱਸਾ ਹੀ ਨਹੀਂ ਲੈਣਾ ਐਕਚੁਅਲੀ ਜਿੱਤਣਾ ਵੀ ਆ ਸੋ ਰੱਬ ਦੀ ਬੜੀ ਮਿਹਰ ਰਹੀ ਕਿ ਮੈਂ ਜਿੰਨੇ ਵੀ ਕੋਂਟੈਸਟ 'ਚ ਭਾਗ ਲਿਆ ਉਹ ਮੈਂ ਜਿੱਤੀ ਸੀ ਸਾਰਿਆਂ ਦੀ ਸਪੋਰਟ ਸਦਕਾ ਔਰ ਵਾਹਿਗੁਰੂ ਦੀ ਆਈ ਥਿੰਕ ਬੜੀ ਰਹਿਮਤ ਸੀ ਮੇਨ ਮੇਰਾ ਮੋਟੋ ਇਹ ਸੀ ਕਿ ਮਿਸ ਵਰਲਡ ਪੰਜਾਬਣ ਲਈ ਮੈਂ ਵਰਲਡ ਸਟੇਜ 'ਤੇ ਜਾਣਾ ਆ ਤਾਂ ਉਸ ਟਾਈਮ 'ਤੇ ਮੈਨੂੰ ਮਿਸ ਇੰਡੀਆ ਆਸਟ੍ਰੇਲੀਆ ਜਿਹੜਾ ਕਿ ਮਿਸ ਇੰਡੀਆ ਵਰਲਡ ਵਾਈਡ ਹੁੰਦਾ ਆ ਉਹਦੇ ਲਈ ਵੀ ਮੈਨੂੰ ਸ਼ਾਰਟਲਿਸਟ ਕੀਤਾ ਗਿਆ ਸੀ ਇਨਫੈਕਟ ਮੈਂ ਮਿਸ ਵਰਲਡ ਪੰਜਾਬਣ ਵੱਲ ਜਾਣਾ ਜ਼ਿਆਦਾ ਆਈ ਥਿੰਕ ਮੇਰਾ ਝੁਕਾਓ ਸੀ ਬਿਕੋਜ਼ ਇੱਕ ਤਾਂ ਪੰਜਾਬੀ ਬੋਲੀ ਸੀ ਹਾਂਜੀ ਐਂਡ ਦੂਸਰਾ ਇੱਕ ਅਪਣੱਤ ਜਿਹੀ ਫੀਲ ਹੁੰਦੀ ਸੀ ਕਿ ਇਹ ਕੋਂਟੈਸਟ ਜਿੱਤ ਕੇ ਮੈਂ ਆਪਣੇ ਕਲਚਰ ਬਾਰੇ ਹੋਰ ਬਥੇਰਾ ਕੁਛ ਜਾਣ ਸਕਦੀ ਹਾਂ ਔਰ ਪੰਜਾਬ ਦੀ ਮਿੱਟੀ ਤੋਂ ਉਦੋਂ ਮੈਂ ਦੂਰ ਹੋਈ ਹੋਈ ਸੀ ਆਸਟ੍ਰੇਲੀਆ ਗਏ ਸੀ ਅਸੀਂ ਤਾਂ ਇੱਕ ਬੜਾ ਵਧੀਆ ਤਰੀਕਾ ਸੀਗਾ ਆਪਣੀ ਮਿੱਟੀ ਨਾਲ ਕਨੈਕਟ ਹੋਣ ਦਾ ਐਂਡ ਮਿਸ ਇੰਡੀਆ ਆਸਟ੍ਰੇਲੀਆ ਛੱਡ ਕੇ ਜਿਹੜਾ ਕਿ ਬਾਲੀਵੁੱਡ ਔਰ ਇੰਟਰਨੈਸ਼ਨਲ ਲੈਵਲ ਹੈ ਤਾਂ ਇਹ ਵੀ ਇੰਟਰਨੈਸ਼ਨਲ ਲੈਵਲ ਹੈ ਬਟ ਇਹ ਪੰਜਾਬੀਆਂ ਦੇ ਵਿੱਚ ਜ਼ਿਆਦਾ ਉਹਦਾ ਇੱਕ ਐਕਸਪੋਜ਼ਰ ਜ਼ਿਆਦਾ ਵੱਡਾ ਹੋ ਜਾਂਦਾ ਸੀ ਯੈਸ ਸੋ ਆਈ ਚੋਜ਼ ਮਿਸ ਵਰਲਡ ਪੰਜਾਬਣ ਅਤੇ ਮੈਂ ਸੋਚਿਆ ਕਿ ਨਹੀਂ ਮੈਂ ਵਰਲਡ ਸਟੇਜ 'ਤੇ ਜਾ ਕੇ ਪਰਫੋਰਮ ਕਰਨਾ ਆ ਤਾਂ ਉਸ ਤੋਂ ਪਹਿਲਾਂ ਮੇਰੀ ਜਿਹੜੀ ਪ੍ਰੈਪਰੇਸ਼ਨ ਸੀ ਉਹ ਇਹ ਸੀ ਕਿ ਮੈਂ ਜਿੰਨੇ ਵੀ ਕੋਂਟੈਸਟ ਹੁੰਦੇ ਨੇ ਆਸਟ੍ਰੇਲੀਆ ਦੇ ਵਿੱਚ ਉਹਦੇ 'ਚ ਭਾਗ ਲੈ ਕੇ ਅਤੇ ਮੈਂ ਆਪਣਾ ਕੌਨਫੀਡੈਂਸ ਲੈਵਲ ਪਹਿਲੀ ਗੱਲ ਵਧਾਉਣਾ ਆ ਔਰ ਇੱਕ ਸਟੇਜ ਫੀਅਰ ਹੁੰਦਾ ਉਹ ਖਤਮ ਕਰਨਾ ਉਹ ਹੈ ਤਾਂ ਨਹੀਂ ਸੀ ਇਹ ਨਾ ਬਟ ਇੱਕ ਹੁੰਦਾ ਕਿ ਚਲੋ ਝਾਕਾ ਜਿਹੜਾ ਆ ਉਹ ਜਿਹੜਾ ਉਹ ਖਤਮ ਹੋ ਜਾਏਗਾ ਜੇ ਮੈਂ ਬਾਰ ਬਾਰ ਐਕਸਪੀਰੀਅੰਸ ਲਵਾਂਗੀ ਸਟੇਜ 'ਤੇ ਜਾਣ ਦਾ ਤਾਂ ਜੀ ਜਿੱਦਾਂ ਤੁਸੀਂ ਕਿਹਾ 14 ਸਾਲ ਹੋ ਗਿਆ ਇਟਸ ਜਸਟ ਲਾਈਕ ਓ ਮਾਈ ਗੋਡ ਟਾਈਮ ਫਲਾਈਸ ਬਿਲਕੁਲ 2003 ਤੋਂ ਤੁਸੀਂ ਡਿਫਰੈਂਟ ਡਿਫਰੈਂਟ ਕੋਂਟੈਸਟ ਦੇ ਵਿੱਚ ਪਾਰਟੀਸਪੇਟ ਕਰਦੇ ਆ ਰਹੇ ਹੋ 2013 14 15 ਅਤੇ ਫਿਰ 2003 4 5 ਅਤੇ ਫਿਰ 6 ਹੈ ਨਾ ਲਗਾਤਾਰ ਇੰਨੇ ਸਾਲ ਇਹ ਕੀ ਇੱਕ ਰੁਝਾਨ ਬਣ ਗਿਆ ਸੀਗਾ ਕਿ ਜਾਣਾ ਹਾਂਜੀ ਪਾਰਟੀਸਪੇਟ ਕਰਨਾ ਆ ਅਤੇ ਫਿਰ ਵਿਨ ਕਰਨਾ ਆ ਜਿੱਦਾਂ ਮੈਂ ਤੁਹਾਨੂੰ ਦੱਸਿਆ ਮੇਰਾ ਮੇਨ ਮੋਟੋ ਸੀ ਕਿ ਮੈਂ ਵਰਲਡ ਸਟੇਜ ਲੈਵਲ 'ਤੇ ਮੈਨੂੰ ਡਾਂਸ ਦਾ ਬੜਾ ਸ਼ੌਂਕ ਸੀਗਾ ਤਾਂ ਮੈਨੂੰ ਇਹ ਸੀਗਾ ਕਿ ਮੈਂ ਉਹ ਕੋਈ ਇੱਦਾਂ ਦਾ ਪਲੈਟਫਾਰਮ ਚਾਹੀਦਾ ਜਿੱਥੇ ਮੈਂ ਆਪਣਾ ਡਾਂਸਿੰਗ ਸਕਿੱਲ ਦਿਖਾ ਸਕਾਂ ਤਾਂ ਉਹ ਲੱਕੀਲੀ ਮਿਸ ਵਰਲਡ ਪੰਜਾਬਣ ਦੇ ਰੂਪ 'ਚ ਆਇਆ ਉੱਥੋਂ ਤੱਕ ਪਹੁੰਚਣ ਲਈ ਉਸ ਤੋਂ ਪਹਿਲਾਂ ਮੈਂ ਜਿੱਦਾਂ ਤੁਹਾਨੂੰ ਕਿਹਾ ਕਿ 2003 ਤੋਂ ਸ਼ੁਰੂ ਕਰ ਦਿੱਤਾ ਸੀ ਇਨਫੈਕਟ ਮੈਂ ਸਕੂਲ 'ਚ ਹੀ ਸ਼ੁਰੂ ਕਰ ਦਿੱਤਾ ਸੀ 11th ਦੇ ਵਿੱਚ ਸੀ ਔਰ ਉੱਥੇ ਗੋਰੇ ਸੀ ਸਾਰੇ ਕੋਈ ਪੰਜਾਬੀ ਨਹੀਂ ਆਈ ਵਾਜ਼ ਦ ਫਸਟ ਪੰਜਾਬੀ ਟੂ
ਹਿਸਟਰੀ ਕਹਿ ਸਕਦੇ ਹੋ ਜਿਨ੍ਹਾਂ ਨੇ ਕੋਈ ਇੰਡੀਅਨ ਕਲਚਰ ਦਾ ਨਾਲ ਰਿਲੇਟਡ ਡਾਂਸ ਪੇਸ਼ ਕੀਤਾ ਹੋਵੇ, ਤਾਂ ਗੋਰਿਆਂ ਨੂੰ ਉਹ ਬੜੀ ਵਧੀਆ ਚੀਜ਼ ਲੱਗੀ, ਸਾਰਿਆਂ ਨੇ ਬੜੀਆਂ ਤਾਲੀਆਂ ਮਾਰੀਆਂ। ਮੈਨੂੰ ਉੱਥੇ ਹੱਲਾਸ਼ੇਰੀ ਮਿਲੀ ਕਿ ਨਹੀਂ ਹੁਣ ਮੈਂ ਇਹਨੂੰ ਅੱਗੇ ਫਰਦਰ ਲੈ ਕੇ ਜਾਵਾਂ। ਸਿਰਫ ਗੋਰਿਆਂ ਤੱਕ ਨਹੀਂ, ਜਿਹੜੇ ਉੱਥੇ ਇੰਡੀਅਨ ਇਵੈਂਟਸ ਹੁੰਦੇ ਸੀ ਉਹਨਾਂ 'ਚ ਭਾਗ ਲੈਣਾ ਸ਼ੁਰੂ ਕੀਤਾ। ਫਿਰ ਮੈਂ ਗਿੱਧੇ ਵੀ ਕਾਫੀ ਕੀਤੇ ਨੇ ਉੱਥੇ, ਮੈਂ ਲੋਕਲ ਸਿਡਨੀ ਦੇ ਵਿੱਚ, ਅਤੇ ਕਮਿਊਨਿਟੀ ਸ਼ੋਜ਼ ਐਂਕਰਿੰਗ ਵੀ ਕੀਤੀ ਆ, ਅਤੇ ਇਹ ਸਾਰਾ ਮਿਸ ਵਰਲਡ ਪੰਜਾਬਨ ਤੱਕ ਪਹੁੰਚਣ ਲਈ ਸੀਗਾ। ਹਾਂਜੀ, ਤੋ ਦੈਟਸ ਦ ਥਿੰਗ। ਹਮੇਸ਼ਾ ਤੁਹਾਡੀ ਇੰਟਰੋਡਕਸ਼ਨ ਦਿੱਤੀ ਜਾਂਦੀ ਹੈ ਕਿ ਤੁਸੀਂ ਪੰਜਾਬ 'ਚ ਜੰਮੇ ਹੋ ਅਤੇ ਫਿਰ ਆਸਟ੍ਰੇਲੀਆ ਤੁਸੀਂ ਪੜ੍ਹੇ ਹੋ, ਹੈ ਨਾ, ਪਰ ਕਦੇ ਅਸੀਂ ਤੁਹਾਡੇ ਪਿੰਡ ਦਾ ਜ਼ਿਕਰ ਨਹੀਂ ਸੁਣਿਆ ਹੈਗਾ, ਤੁਸੀਂ ਆਪਣੀ ਫੈਮਲੀ ਦਾ ਜ਼ਿਕਰ ਨਹੀਂ ਅਸੀਂ ਕਿਤੇ ਵੀ ਸੁਣਿਆ ਹੈਗਾ। ਮੈਂ ਬਹੁਤ ਆਰਟੀਕਲਸ ਵਗੈਰਾ ਵੀ ਤੁਹਾਡੇ ਸਰਚ ਕੀਤੇ ਕਿ ਕਿਤੋਂ ਮੈਨੂੰ ਉਹਨਾਂ ਦੇ ਪਿੰਡ ਦਾ ਕੋਈ ਜ਼ਿਕਰ ਮਿਲ ਜਾਵੇ, ਬਹੁਤ ਇੰਟਰਵਿਊਜ਼ ਵੀ ਸੁਣੀਆਂ, ਪਰ ਹਮੇਸ਼ਾ ਇਹ ਹੁੰਦਾ ਕਿ ਪੰਜਾਬ ਦੇ ਜੰਮੇ ਨੇਗੇ। ਹਾਂਜੀ, ਪਰ ਤੁਸੀਂ ਕਿੱਥੋਂ ਨੂੰ ਬਿਲੋਂਗ ਕਰਦੇ ਹੋ? ਮੈਂ ਐਕਚੁਅਲੀ ਮਾਝੇ ਦੀ ਹਾਂ ਜੀ, ਅਤੇ ਬਟਾਲੇ ਦੇ ਲਾਗੇ ਇੱਕ ਪਿੰਡ ਆ, ਉੱਥੋਂ ਬਿਲੋਂਗ ਕਰਦੀ ਹਾਂ। ਸਾਰਚੂਰ ਨਾਮ ਆ ਪਿੰਡ ਦਾ, ਅਲੀਵਾਲ ਸੁਣਿਆ ਹੈਗਾ, ਨਾਸਰ ਕੇ ਨਹਿਰਾਂ ਸੁਣੀਆਂ ਹੋਣਗੀਆਂ, ਫਤਿਹਗੜ੍ਹ ਚੂੜੀਆਂ, ਤਾਂ ਉਹਦੇ ਲਾਗੇ ਮੇਰਾ ਪਿੰਡ ਹੈਗਾ। ਅਤੇ ਬੜੇ ਮਾਣ ਨਾਲ ਕਹਿੰਦੀ ਹਾਂ ਥੈਂਕ ਯੂ ਮੈਨੂੰ ਪੁੱਛਣ ਲਈ, ਮੇਰੇ ਪਿੰਡ ਦੀ ਯਾਦ ਕਰਵਾਉਣ ਲਈ, ਕਿਉਂਕਿ ਜ਼ਿਆਦਾਤਰ ਇਹੀ ਹੁੰਦਾ। ਇਨਫੈਕਟ ਲੋਕ ਇਹ ਸਮਝਦੇ ਆ ਕਿ ਮੈਂ ਇੰਡੀਆ ਦੀ ਬੋਰਨ ਨਹੀਂ ਹਾਂ, ਪੰਜਾਬ ਦੀ ਬੋਰਨ। ਹਾਂਜੀ ਹਾਂਜੀ, ਯੂ ਨੋ, ਉਹਨਾਂ ਨੂੰ ਇਹ ਲੱਗਦਾ ਉਹ ਐਕਸੈਂਟ ਕਰਕੇ ਦੇ ਸਨ ਦੈਟ ਕਿ ਸ਼ਾਇਦ ਮੈਂ ਆਸਟ੍ਰੇਲੀਆ ਤੋਂ ਆਈ ਹਾਂ, ਅਤੇ ਬੜੀ ਵੱਡੀ ਗੱਲ ਆ ਮੈਂ ਮਿਸ ਵਰਲਡ ਪੰਜਾਬਨ ਜਿੱਤ ਲਿਆ। ਆਮ ਲਾਈਕ ਮੈਂ ਇੱਥੋਂ ਹੀ ਗਈ ਹਾਂ, ਮੇਰੀ ਰਗ ਰਗ ਦੇ ਵਿੱਚ ਯੂ ਨੋ ਪੰਜਾਬ ਦੀ ਜਿਹੜਾ ਖੂਨ ਆ ਉਹ ਵੱਸਦਾ ਆ, ਤੋ ਆਈ ਐਮ ਟਿਪੀਕਲ ਪੰਜਾਬ ਦੀ ਧੀ। ਬਿਲਕੁਲ, ਤੁਸੀਂ ਆਸਟ੍ਰੇਲੀਆ ਕਦੋਂ ਫਿਰ ਮੂਵ ਹੋਏ? 1996 ਅਤੇ ਯਾ ਵਿੱਚ ਆਲਮੋਸਟ ਤੁਹਾਨੂੰ 20-25 ਸਾਲ ਹੋਣ ਵਾਲੇ ਨੇਗੇ, ਹੈ ਨਾ। ਜਦੋਂ ਅਸੀਂ ਬਾਹਰੋਂ ਕੋਈ ਆਰਟਿਸਟ ਇੱਧਰ ਆਉਂਦਾ ਆ, ਹੈ ਨਾ, ਤਾਂ ਆਪਾਂ ਉਹਨੂੰ ਕਹਿੰਦੇ ਹਾਂ ਕਿ ਉਹਨਾਂ ਦੀ ਪੰਜਾਬੀ ਬੜੀ ਸੋਹਣੀ ਆ, ਭਾਵੇਂ ਉਹ ਪੰਜਾਬ ਦੇ ਹੀ ਨੇਗੇ। ਜੀ ਜੀ, ਪੰਜਾਬੀ ਪਰਿਵਾਰਾਂ 'ਚ ਉਹਨਾਂ ਦਾ ਪਾਲਣ ਪੋਸ਼ਣ ਹੁੰਦਾ, ਸਾਡੇ ਘਰਾਂ 'ਚ ਵੀ ਪੰਜਾਬੀ ਬੋਲੀ ਜਾਂਦੀ ਆ, ਪਰ ਇੱਕ ਮਤਲਬ ਸਪੈਸ਼ਲ ਕ੍ਰੈਡਿਟ ਦਿੱਤਾ ਜਾਂਦਾ ਕਿ ਅੱਛਾ ਤੁਸੀਂ ਆਸਟ੍ਰੇਲੀਆ ਗਏ ਹੋ 9 ਸਾਲ, ਫਿਰ ਵੀ ਤੁਹਾਡੀ ਪੰਜਾਬੀ ਬੜੀ ਸੋਹਣੀ ਆ। ਇਹ ਚੀਜ਼ਾਂ ਜਦੋਂ ਤੁਸੀਂ ਸੁਣਦੇ ਹੋ ਤੁਹਾਨੂੰ ਕੀ ਲੱਗਦਾ, ਕਿਉਂਕਿ ਇਹਦਾ ਜਵਾਬ ਤੁਸੀਂ ਜ਼ਿਆਦਾ ਬਿਹਤਰ ਤਰੀਕੇ ਦੇ ਨਾਲ ਦੇ ਸਕਦੇ ਹੋ? ਕਿ ਜਦੋਂ ਮੈਨੂੰ ਕੋਈ ਇਹ ਕਹਿੰਦਾ ਕਿ ਤੁਸੀਂ ਆਸਟ੍ਰੇਲੀਆ ਤੋਂ, ਤੁਹਾਡੀ ਪੰਜਾਬੀ ਬੜੀ ਸੋਹਣੀ। ਹਾਂ, ਮਤਲਬ ਸਾਨੂੰ ਇਹ ਕਿਉਂ ਲੱਗਦਾ ਕਿ ਅਗਰ ਕੋਈ ਪੰਜਾਬੀ ਆ ਪੰਜਾਬ ਤੋਂ ਉਹ ਬਾਹਰ ਰਹਿੰਦੇ ਨੇਗੇ ਤਾਂ ਉਹਨਾਂ ਦੀ ਪੰਜਾਬੀ ਸੋਹਣੀ ਨਹੀਂ ਹੋ ਸਕਦੀ, ਜਾਂ ਉਹ ਅੱਛਾ, ਮਤਲਬ ਉਹਨਾਂ ਦੇ ਲਈ ਇੱਕ ਸਰਪ੍ਰਾਈਜ਼ ਫੈਕਟਰ ਹੁੰਦਾ ਹੈ ਕਿ ਅੱਛਾ ਆਸਟ੍ਰੇਲੀਆ ਜਾਂ ਕੈਨੇਡਾ ਰਹਿ ਕੇ ਵੀ ਇੰਨੀ ਸੋਹਣੀ ਪੰਜਾਬੀ ਬੋਲ ਲੈਂਦੇ ਨੇ। ਨਹੀਂ, ਸਹੀ ਗੱਲ ਆ। ਆਈ ਮੀਨ, ਇੱਕ ਤਾਂ ਚਲੋ ਇਹ ਫੈਕਟਰ ਹੋ ਗਿਆ ਪੰਜਾਬੀ ਵਾਲਾ, ਹੋਰ ਵੀ ਬੜੇ ਐਸਪੈਕਟਸ ਨੇ ਜੁੜੇ ਇਸ ਚੀਜ਼ ਦੇ ਨਾਲ ਕਿ ਜਿੱਦਾਂ ਅਸੀਂ ਬਾਹਰ ਹੁੰਦੇ ਹਾਂ, ਬਾਹਰ ਦੀਆਂ ਕੁੜੀਆਂ ਤਾਂ ਇੱਦਾਂ ਦੀਆਂ ਹੁੰਦੀਆਂ, ਯੂ ਨੋ ਦੈਟ ਟਾਈਪ ਆਫ ਥਿੰਗ, ਵੀ ਬੜੀਆਂ ਓਪਨ ਐਂਡ ਬੜੀਆਂ ਯੂ ਨੋ ਦੈਟ ਐਂਡ, ਬਟ ਦਾ ਥਿੰਗ ਇਜ਼ ਇਟ ਰੀਅਲੀ ਡਿਪੈਂਡਸ ਕਿ ਕਿਸ ਤਰ੍ਹਾਂ ਦੇ ਇਨਸਾਨ ਹੋ ਤੁਸੀਂ। ਰਹੀ ਗੱਲ ਪੰਜਾਬੀ ਦੀ, ਕਿ ਜਦੋਂ ਇਹ ਕਹਿੰਦੇ ਕਿ ਅੱਛਾ ਤੁਹਾਨੂੰ ਪੰਜਾਬੀ ਇੰਨੀ ਸੋਹਣੀ ਬੋਲਣੀ ਆਉਂਦੀ ਆ, ਮੇਰਾ ਕੀ ਰਿਐਕਸ਼ਨ ਹੋਊਗਾ? ਆਈ ਡੋਂਟ ਨੋ। ਤੁਹਾਨੂੰ ਲੱਗਦਾ ਕਿ, ਮੈਨੂੰ ਇਹ ਲੱਗਦਾ ਕਿ ਸ਼ਾਇਦ ਮੈਨੂੰ ਜਾਣਦੇ ਨਹੀਂ ਚੰਗੀ ਤਰ੍ਹਾਂ, ਬਿਕੋਜ਼ ਅੰਦਰ ਮੇਰੇ ਰਗ ਰਗ ਦੇ ਵਿੱਚ ਪੰਜਾਬ, ਪੰਜਾਬੀ, ਪੰਜਾਬੀ ਫਿਲਮਾਂ, ਪੰਜਾਬੀ ਗਾਣੇ, ਇਹ ਸਭ ਵਸਿਆ ਹੋਇਆ, ਤਾਂ ਸ਼ਾਇਦ ਉਹ ਬੰਦਾ ਮੈਨੂੰ ਪਹਿਲੀ ਵਾਰੀ ਮਿਲ ਰਿਹਾ ਜਾਂ ਨਹੀਂ, ਮੇਰੇ ਤੋਂ ਪਰਸਨੈਲਿਟੀ ਤੋਂ ਜਾਣੂ ਹੋਏਗਾ ਤਾਂ ਨਹੀਂ ਪਤਾ ਹੋਏਗਾ ਅਗਲੇ ਨੂੰ, ਕਿਉਂਕਿ ਇੱਕ ਉਹ ਕੋਨਸੈਪਟ ਬਣਿਆ ਹੁੰਦਾ ਬਾਹਰ ਚਲੇ ਗਏ, ਸ਼ਾਇਦ ਭੁੱਲ ਗਏ ਆਪਣੇ ਕਲਚਰ ਨੂੰ, ਆਪਣੀ ਬੋਲੀ ਨੂੰ। ਤੋ ਵੈਸੇ ਬਾਹਰ ਸਿਡਨੀ ਵਗੈਰਾ ਵਿੱਚ, ਮੈਲਬਰਨ, ਕੈਨੇਡਾ ਵੀ ਲਾ ਲਓ ਫੋਰ ਦੈਟ ਮੈਟਰ, ਆਪਣੇ ਵਿਰਸੇ ਨੂੰ, ਆਪਣੀ ਬੋਲੀ ਨੂੰ, ਆਪਣੇ ਕਲਚਰ ਨੂੰ, ਆਪਣੇ ਪਹਿਰਾਵੇ ਨੂੰ ਬਹੁਤ ਸਾਂਭ ਕੇ ਰੱਖਿਆ ਹੋਇਆ। ਬਿਲਕੁਲ, ਇੱਥੋਂ ਨਾਲੋਂ ਜ਼ਿਆਦਾ। ਇੱਥੇ ਥੋੜ੍ਹਾ ਆਪਣਾ ਇਹ 'ਚ ਹੁੰਦਾ ਕਿ ਚਲੋ ਮਾਡਰਨ, ਯੂ ਨੋ, ਵੈਸਟਰਨਾਈਜ਼ ਹੋ ਰਹੋ, ਦਿਸ ਐਂਡ ਦੈਟ, ਹਿੰਦੀ 'ਚ ਗੱਲ ਕਰੋ, ਹਿੰਦੀ ਇਹ ਲੱਗਦੀ ਹੁੰਦੀ ਹੈ ਕਿ ਇੰਗਲਿਸ਼ ਦਾ ਲੈਵਲ ਆ, ਯੂ ਨੋ, ਬਟ ਨਹੀਂ, ਉੱਥੇ ਬਹੁਤ ਜ਼ਿੰਦਾ ਰੱਖਿਆ ਹੋਇਆ ਸਾਰਿਆਂ ਨੇ। ਆਈ ਥਿੰਕ ਉਹਨਾਂ ਸਾਰਿਆਂ ਦੇ ਜ਼ਿੰਦਾ ਰੱਖਣ ਦੀ ਬਦੌਲਤ ਹੀ ਅੱਜ ਮੈਂ ਤੁਹਾਡੇ ਸਾਹਮਣੇ ਪੰਜਾਬੀ 'ਚ ਗੱਲ ਕਰ ਪਾ ਰਹੀ ਹਾਂ, ਐਂਡ ਕਿਉਂਕਿ ਕਮਿਊਨੀਕੇਟ ਤੁਸੀਂ ਪੰਜਾਬੀ 'ਚ ਕਰਦੇ ਹੋ, ਔਰ ਮੋਸਟ ਇੰਪੋਰਟੈਂਟ ਗੱਲ ਕਿ ਘਰ ਦੇ ਵਿੱਚ ਜਦੋਂ ਤੁਹਾਡੇ ਪੇਰੈਂਟਸ ਤੁਹਾਡੇ ਨਾਲ ਪੰਜਾਬੀ ਬੋਲਦੇ, ਤੁਸੀਂ ਕਦੀ ਮਾਰ ਨਹੀਂ ਖਾ ਸਕਦੇ। ਬਿਲਕੁਲ, ਕਿਉਂਕਿ ਤੁਹਾਡੀ ਰੋਜ਼ ਪ੍ਰੈਕਟਿਸ ਹੁੰਦੀ ਉਸ ਲੈਂਗੁਏਜ, ਫਲੂਐਂਟ ਹੁੰਦੇ ਹੋ ਤੁਸੀਂ ਉਸ ਲੈਂਗੁਏਜ, ਅਤੇ ਕਈ ਹੈ ਨੇ ਇੱਦਾਂ ਦੇ ਪਰਿਵਾਰ ਜਿਹੜੇ ਘਰ ਆ ਕੇ ਆਪਣੇ ਬੱਚਿਆਂ ਨੇ ਇੰਗਲਿਸ਼ ਬੋਲਦੇ ਆ, ਯੂ ਨੋ, ਅਤੇ ਆਈ ਥਿੰਕ ਚਲੋ ਦੈਟਸ ਦੇ ਪਰਸਨਲ ਚੋਇਸ, ਬਟ ਇੱਦਾਂ ਦੀਆਂ ਚੀਜ਼ਾਂ ਇਸ ਆਪਣੀ ਜ਼ੁਬਾਨ ਨੂੰ ਤੁਸੀਂ ਜ਼ਿੰਦਾ ਇੱਦਾਂ ਰੱਖ ਸਕਦੇ ਹੋ ਅਤੇ ਰੱਖਦੇ ਆ ਲੋਕ। ਬਿਲਕੁਲ, ਮੈਂ ਕਿਸੇ ਇੱਕ ਇੰਟਰਵਿਊ ਵਿੱਚ ਇਹ ਵੀ ਸੁਣਿਆ ਸੀਗਾ ਕਿ ਤੁਸੀਂ ਆਸਟ੍ਰੇਲੀਆ ਅਤੇ ਸਕੂਲਾਂ ਦੇ ਵਿੱਚ ਜਾਂ ਗੁਰਦੁਆਰਿਆਂ ਦੇ ਵਿੱਚ ਜਾ ਕੇ ਜਿੱਥੇ ਪੰਜਾਬੀ ਬੱਚੇ ਇਕੱਠੇ ਹੁੰਦੇ ਸੀ ਉੱਥੇ ਉਹਨਾਂ ਨੂੰ ਪੰਜਾਬੀ ਵੀ ਸਿਖਾਉਂਦੇ ਰਹੇ ਹੋ? ਜੀ, ਕੁਛ ਹੱਦ ਤੱਕ ਮੈਂ ਸਿਖਾਈ ਆ, ਬਟ ਉਸ ਤੋਂ ਬਾਅਦ ਫਿਰ ਮਿੱਟੀ ਵਾਜਾ ਮਾਰਦੀ ਦਾ ਸਿਲਸਿਲਾ ਸ਼ੁਰੂ ਹੋ ਗਿਆ, ਫਿਰ ਮੈਨੂੰ ਇੱਥੇ ਆਉਣਾ ਪਿਆ। ਅਦਰਵਾਈਜ਼ ਜੇ ਫਿਲਮਾਂ ਵਾਲਾ ਨਹੀਂ ਹੁੰਦਾ ਤਾਂ ਮੈਂ ਸ਼ਾਇਦ ਇਸ ਚੀਜ਼ ਨੂੰ ਕੰਟੀਨਿਊ ਕਰਦੀ।
ਮੈਂ ਜੀ ਹਾਂ, ਮੈਂ ਗੁਰਦੁਆਰੇ 'ਚ ਜਾ ਕੇ ਔਰ ਸੈਂਟਰ ਉੱਥੇ ਸੀਗਾ ਪੈਨਰਸ ਦੇ ਵਿੱਚ, ਸਕੂਲ ਕਿਸੇ ਸਕੂਲ ਹਾਲ ਦੇ ਵਿੱਚ ਉਹ ਪੰਜਾਬੀ ਕਲਾਸਿਸ ਆਂਟੀ ਹੈਗੇ ਨੇ ਉਹ ਲਗਾਉਂਦੇ ਹੁੰਦੇ ਸੀਗੇ, ਤਾਂ ਆਈ ਯੂਸ ਟੂ ਗੋ ਐਂਡ ਹੈਲਪ ਐਂਡ ਅਦਰ ਦੈਨ ਦੈਟ ਮੇਰੀ ਇਹੀ ਘਰ ਵੀ ਗਰਲਸ ਆਉਂਦੀਆਂ ਹੁੰਦੀਆਂ ਸੀ, ਜਿੱਦਾਂ ਕੋਈ ਆਂਟੀ ਨੇ ਦੇਖ ਲਿਆ ਵੀ ਤੁਹਾਡੀ ਪਰਫੋਰਮੈਂਸ ਹੈ, ਇਹਨਾਂ ਨੂੰ ਭੰਗੜਾ ਸਿਖਾਓ, ਇਹਨਾਂ ਨੂੰ ਗਿੱਧਾ ਸਿਖਾਓ, ਸਕੂਲ ਦੇ ਵਿੱਚ ਵੀ ਫੋਰ ਦੈਟ ਮੈਟਰ ਆਪਣੀ ਪੰਜਾਬੀ ਕੁੜੀਆਂ ਦੀ ਟੀਮ ਬਣਾਈ ਸੀ ਮੈਂ ਕਿ ਆਪਾਂ ਗਿੱਧਾ ਕਰਨਾ, ਗੋਰਿਆਂ ਨੂੰ ਦਿਖਾਉਣਾ, ਸੋ ਦੈਟ ਦੈਟਸ ਦ ਥਿੰਗ ਹੈ। ਤੁਹਾਡੇ ਬਾਰੇ ਮੈਨੂੰ ਇੱਕ ਜਿਹੜੀ ਬਹੁਤ ਸਾਰੀ ਇੰਟਰਵਿਊਜ਼ ਦੇ ਵਿੱਚ ਸ਼ਾਇਦ ਹੀ ਜ਼ਿਕਰ ਵੀ ਹੋਇਆ, ਪਰ ਮੈਨੂੰ ਬਹੁਤ ਖੂਬਸੂਰਤ ਗੱਲ ਲੱਗਦੀ ਹੈ ਕਿ ਤੁਸੀਂ ਆਸਟ੍ਰੇਲੀਆ ਰਹਿ ਕੇ ਆਪਣੇ ਪੰਜਾਬ ਰਹਿੰਦੀ ਦਾਦੀ ਨੂੰ ਤੁਸੀਂ ਚਿੱਠੀਆਂ ਲਿਖਦੇ ਰਹੇ ਹੋ, ਹੈ ਨਾ, ਅਤੇ ਉਹ ਚੀਜ਼ਾਂ ਕਿਉਂਕਿ ਹੁਣ ਉਹ ਇਸ ਦੁਨੀਆ 'ਤੇ ਨਹੀਂ ਹੈਗੇ, ਤੁਸੀਂ ਉਹ ਚੀਜ਼ਾਂ ਕਦੇ ਮਿਸ ਕੀਤੀਆਂ ਨੇ ਕਿਉਂਕਿ ਹੁਣ ਤੁਹਾਡਾ ਬਹੁਤਾ ਟਾਈਮ ਆ ਜਿਹੜਾ ਪੰਜਾਬ ਦੇ ਵਿੱਚ ਰਹਿੰਦਾ। ਇੱਕ ਜਿਹੜਾ ਮਿਸ ਵਰਲਡ ਪੰਜਾਬਣ ਦਾ ਹਿੱਸਾ ਲੈਣ ਦਾ ਵੀ ਇੱਕ ਤੁਹਾਡਾ ਮਕਸਦ ਇਹ ਸੀਗਾ ਕਿ ਤੁਸੀਂ ਪੰਜਾਬ ਜ਼ਿਆਦਾਤਰ ਟਾਈਮ ਸਪੈਂਡ ਕਰ ਸਕੋ, ਹੈ ਨਾ, ਕਿਉਂਕਿ ਤੁਹਾਡੀ ਗ੍ਰੈਂਡ ਮਦਰ ਇੱਧਰ ਸੀਗੇ, ਅਤੇ ਉਹ ਚੀਜ਼ਾਂ ਤੁਹਾਨੂੰ ਲੱਗਦੀਆਂ ਨੇ ਕਿ ਉਹ ਇੱਕ ਟਾਈਮ ਸੀਗਾ, ਉਹ ਇੱਕ ਜਿਹੜਾ ਬੌਂਡ ਹੁੰਦਾ ਸੀਗਾ ਸਾਡਾ, ਹੁਣ ਉਹ ਨਹੀਂ ਹੈਗਾ ਜਾਂ ਕਿਤੇ ਨਾ ਕਿਤੇ ਉਹ ਚੀਜ਼ਾਂ। ਸੌਰੀ ਮੈਂ ਕੁਸ਼ਚਨ ਤੁਹਾਡਾ, ਇਜ਼ ਇਟ ਜਨਰਲ ਕਿ ਤੁਸੀਂ ਪਰਸਨਲੀ ਕਹਿ ਰਹੇ ਹੋ ਕਿ ਉਹ ਬੌਂਡ ਹੁਣ ਖਤਮ ਹੋ ਗਿਆ, ਜਾਂ ਜਨਰਲ ਕਿ ਆਪਣਾ ਖਤਮ ਦਾਦੇ ਦਾਦੀਆਂ ਨਾਲੇ ਨਹੀਂ ਹੈਗਾ? ਖਤਮ ਦੇ ਨਹੀਂ ਆਪਾਂ ਕਹਿ ਸਕਦੇ ਹੈਗੇ, ਮੈਂ ਤੁਹਾਨੂੰ ਪੁੱਛਦੀ ਕਿ ਤੁਹਾਨੂੰ ਉਹ ਚੀਜ਼ ਕਿੱਦਾਂ ਦੀ ਲੱਗਦੀ ਹੈ ਕਿ ਉਹ ਤੁਸੀਂ ਚਿੱਠੀਆਂ ਲਿਖਦੇ ਰਹੇ ਹੋ, ਹੈ ਨਾ, ਕਿਉਂਕਿ ਇੱਕ ਇਹ ਵੀ ਜ਼ਰੀਆ ਸੀਗਾ ਤੁਹਾਡਾ ਆਪਣੇ ਪਰਿਵਾਰ ਨਾਲ ਜੁੜੇ ਰਹਿਣ ਦਾ, ਪੰਜਾਬੀ ਦੇ ਨਾਲ ਜੁੜੇ ਰਹਿਣ ਦਾ, ਉਦੋਂ ਤੁਸੀਂ ਉਹਨਾਂ ਦੇ ਨਾਲ ਚਿੱਠੀਆਂ ਮਾਰਫਤ ਜੁੜਦੇ ਸੀਗੇ, ਪਰ ਹੁਣ ਜਦੋਂ ਤੁਸੀਂ ਬਹੁਤ ਸਾਰਾ ਟਾਈਮ ਪੰਜਾਬ 'ਚ ਗੁਜ਼ਾਰ ਰਹੇ ਹੋ, ਪਰ ਉਹ ਇਸ ਟਾਈਮ ਇੱਥੇ ਨਹੀਂ ਹੈਗੇ, ਹੈ ਨਾ। ਓਕੇ, ਓ ਮਾਈ ਗੋਡ, ਇਟਸ ਵੈਰੀ ਡਿਫੀਕਲਟ ਟੂ ਆਨਸਰ ਬਿਕੋਜ਼ ਆਈ ਥਿੰਕ ਮੇਰੇ ਦਿਲ ਦੇ ਵਿੱਚ ਮੇਰੀਆਂ ਯਾਦਾਂ 'ਚ ਉਹ ਹੈ ਨੇ, ਸੋ ਜਿਹੜਾ ਚਿੱਠੀਆਂ ਵਾਲਾ ਪਾਰਟ ਆ, ਜਿਹੜਾ ਪੰਜਾਬੀ ਵਾਲਾ ਪਾਰਟ ਆ, ਉਹਦਾ ਕ੍ਰੈਡਿਟ ਡੈਫੀਨੇਟਲੀ ਉਹਨਾਂ ਨੂੰ ਜਾਂਦਾ ਔਰ ਪੇਰੈਂਟਸ ਨੂੰ ਜਾਂਦਾ ਆ, ਕਿਉਂਕਿ ਮੇਰੇ ਦਾਦੀ ਜੀ ਨੂੰ ਜਾਂ ਤਾਂ ਉਰਦੂ ਆਉਂਦੀ ਸੀ, ਪਰਸ਼ੀਅਨ, ਪੰਜਾਬੀ, ਯੂ ਨੋ, ਇੰਗਲਿਸ਼ ਉਹਨਾਂ ਨੂੰ ਸਿਗਨੇਚਰ ਕਰਨੇ ਵੀ ਨਹੀਂ ਸੀ ਆਉਂਦੇ, ਮੈਂ ਸਿਖਾਏ ਸੀਗੇ ਉਹਨਾਂ ਨੂੰ ਇੰਗਲਿਸ਼ 'ਚ, ਜੋਗਿੰਦਰ ਕੌਰ ਨਾਮ ਆ ਉਹਨਾਂ ਨਾਲ, ਤਾਂ ਲਿਖਦੇ ਹੁੰਦੇ ਸੀਗੇ, ਅਤੇ ਆਈ ਥਿੰਕ ਉਹ ਇਸ ਕਰਕੇ ਮੈਂ ਲਿਖਦੀ ਸੀ ਕਿ ਉਹਨਾਂ ਨੂੰ ਪੰਜਾਬੀ ਪੜ੍ਹਨੀ ਆਉਂਦੀ ਆ, ਉਹ ਜਦੋਂ ਮੈਨੂੰ ਲੈਟਰਸ ਪੰਜਾਬੀ 'ਚ ਲਿਖਦੇ ਸੀ ਤਾਂ ਆਈ ਹੈਡ ਟੂ ਰਿਪਲਾਈ ਬੈਕ, ਉਦੋਂ ਫੋਨ ਔਰ ਇਹ ਇੰਨਾ ਕੁਛ ਨਹੀਂ ਸੀ ਹੁੰਦਾ, ਇੰਟਰਨੈਟ ਵਗੈਰਾ ਐਂਡ ਆਲ ਦੈਟ, ਦੈਟ ਵਾਜ਼ ਦਾ ਓਨਲੀ ਮੀਡੀਅਮ ਜਿਹਦੇ ਰਾਹੀਂ ਮੈਂ ਉਹਨਾਂ ਨਾਲ ਕਮਿਊਨੀਕੇਟ ਕਰ ਪਾਉਂਦੀ ਸੀ ਆਪਣੇ ਦਿਲ ਦਾ ਹਾਲ ਕਿ ਆਈ ਮਿਸ ਯੂ, ਆਈ ਵਾਂਟ ਟੂ ਕਮ ਬੈਕ ਟੂ ਪਿੰਡ, ਔਰ ਮੈਂ ਪਿੰਡ ਜਦੋਂ ਜਾਂਦੀ ਸੀ ਮੈਂ ਲੁੱਕ ਜਾਂਦੀ ਹੁੰਦੀ ਸੀ, ਜੋ ਮੇਰੇ ਪੇਰੈਂਟਸ ਲੈਣ ਆਉਂਦੇ ਸੀ ਕਿ ਚਲੋ ਹੁਣ ਸ਼ਹਿਰ ਚਲੀਏ, ਮੇਰਾ ਮੈਂ ਕਹਿੰਦੀ ਹੁੰਦੀ ਸੀ ਕਿ ਮੇਰੇ ਮੰਮਾ ਪਾਪਾ ਨੂੰ ਕਹਿ ਦਿਓ ਜਾਂ ਤਾਂ ਉਹ ਸੌਂਗੀ ਆ ਕਿ ਲੈ ਕੇ ਨਹੀਂ ਜਾਣਗੇ, ਜਾਂ ਉਹ ਪਤਾ ਨਹੀਂ ਕਿਤੇ ਖੇਡਣਗੇ, ਬਟ ਮੈਂ ਬੈੱਡ ਦੇ ਨੀਚੇ ਲੁਕੀ ਹੁੰਦੀ ਸੀ, ਤਾਂ ਇੰਨਾ ਪਿਆਰ ਹੁੰਦਾ ਸੀ ਦਾਦੀ ਨਾਲ ਐਂਡ ਪਿੰਡ ਦੇ ਨਾਲ, ਸੋ ਯਾ ਰਹੀ ਗੱਲ ਉਹੀ, ਯੂ ਨੋ, ਮੈਂ ਥੋੜ੍ਹੇ ਜਿਹੇ ਹੋਰ ਤੁਹਾਡੇ ਬਾਰੇ ਜਾਣਨਾ ਚਾਹੂੰਗੀ ਕਿ ਤੁਸੀਂ ਮਤਲਬ ਇਕੱਲੀ ਔਲਾਦ ਹੋ ਆਪਣੇ ਮਾਪਿਆਂ ਦੀ, ਯੰਗਰ ਸਿਸਟਰ, ਅਤੇ ਤੁਸੀਂ ਇਹ ਡਿਸਾਈਡ ਕਿਵੇਂ ਕੀਤਾ, ਜਾਂ ਜਦੋਂ ਤੁਸੀਂ ਡਿਸਾਈਡ ਕੀਤਾ ਵੀ ਤੁਸੀਂ ਇਸ ਪ੍ਰੋਫੈਸ਼ਨ 'ਚ ਜਾਣਾ, ਤੁਹਾਡੇ ਫਾਦਰ ਬਹੁਤ ਇੰਟਰਸਟਿਡ ਸੀਗੇ ਜਦੋਂ ਤੁਸੀਂ ਮਿਸ ਵਰਲਡ ਪੰਜਾਬਣ ਦੇ ਵਿੱਚ ਆਏ ਹੋ, ਹੈ ਨਾ, ਅਤੇ ਉਸ ਤੋਂ ਬਾਅਦ ਜਦੋਂ ਫਿਰ ਫਿਲਮਾਂ ਦੇ ਵਿੱਚ ਆਉਣਾ, ਕਿਵੇਂ ਕਿਵੇਂ ਦਾ ਮਾਹੌਲ ਕਰੇ ਬਣਿਆ, ਕੀ ਰਿਐਕਸ਼ਨਸ ਸਾਰੇ ਪਾਸਿਓਂ ਆਏ ਤੁਹਾਡੇ ਤੁਹਾਡੇ ਲਈ? ਸੀ, ਮੈਂ ਬਿਲਕੁਲ ਵੀ ਫਿਲਮੀ ਬੈਕਗਰਾਊਂਡ ਬਿਲੋਂਗ ਨਹੀਂ ਕਰਦੀ, ਘਰ 'ਚੋਂ ਕੋਈ ਵੀ ਇੱਦਾਂ ਦਾ ਬੰਦਾ ਨਹੀਂ ਜਿਹੜਾ ਫਿਲਮਾਂ ਜਾਂ ਗਾਣੇ ਜਾਂ ਕੁਛ ਇੱਦਾਂ ਲਿਖਦਾ ਹੋਵੇ ਜਾਂ ਕਰਦਾ ਹੋਵੇ, ਜਾਂ ਯੂ ਨੋ, ਈਵਨ ਸੁਣਨ ਵਾਲਾ ਵੀ ਇਹ ਹੁੰਦਾ ਸੀ ਕਿ ਪਾਪਾ ਆ ਗਏ ਤਾਂ ਫਟਾਫਟ ਬੰਦ ਕਰ ਦਿਉ, ਇਟਸ ਲਾਈਕ ਦੈਟ, ਟੀ ਵੀ ਵੀ, ਅਤੇ ਇੱਦਾਂ ਦਾ ਮਾਹੌਲ ਸੀਗਾ ਘਰ ਦੇ ਵਿੱਚ, ਐਂਡ ਇਟ ਵਾਜ਼ ਕੁਆਇਟ ਡਿਫੀਕਲਟ ਐਟ ਫਸਟ, ਜਦੋਂ ਸਾਰਿਆਂ ਨੂੰ ਪਤਾ ਲੱਗਾ ਕਿ ਮੈਂ ਫਿਲਮਾਂ ਕਰਨੀਆਂ, ਬਟ ਮੈਂ ਸ਼ੋਰ ਸੀਗਾ ਕਿ ਮੈਂ ਕਰਾਂ, ਕਿਉਂਕਿ ਉਦੋਂ ਸਰਦਾਰ ਮਨਮੋਹਨ ਸਿੰਘ ਜੀ, ਹਾਂਜੀ, ਯੂ ਨੋ, ਵੈਰੀ ਰਨਰਾਊਂਡ, ਆਈ ਮੀਨ ਰਿਸਪੈਕਟੇਬਲ ਫਿਗਰ ਨੇ ਆਪਣੀ ਪੰਜਾਬੀ ਇੰਡਸਟਰੀ ਦੇ, ਉੱਥੋਂ ਹੀ ਉਹਨਾਂ ਨੇ ਥੈਂਕ ਯੂ ਸ਼ੁਰੂ ਕੀਤਾ ਸਿਨੇਮਾ, ਆਈ ਗੈਸ ਸਿਨੇਮਾ ਤਾਂ ਬਹੁਤ ਦੇਰ ਦਾ ਸ਼ੁਰੂ ਸੀ, ਬਟ ਉਹਨਾਂ ਨੇ ਰਿਵਾਈਵ ਐਬਸੋਲੂਟਲੀ, ਐਂਡ ਹਰਭਜਨ ਜੀ, ਤਾਂ ਮੈਨੂੰ ਇਹ ਲੱਗਦਾ ਸੀਗਾ ਕਿ ਮਿਸ ਵਰਲਡ ਪੰਜਾਬਣ ਤੋਂ ਬਾਅਦ ਉਹਨਾਂ ਨੇ ਐਕਚੁਲੀ ਮੈਨੂੰ ਟੀ ਵੀ 'ਤੇ ਦੇਖ ਕੇ ਅਪਰੋਚ ਕੀਤਾ ਸੀ ਜਦੋਂ ਮੈਂ ਮਿਸ ਵਰਲਡ ਪੰਜਾਬਣ ਦੇ ਉਹ ਕੀਤਾ ਸੀ ਸ਼ੋਅ, ਅਤੇ ਮੇਰੇ ਲਈ ਇਸ ਤੋਂ ਵੱਡਾ ਰਿਵਾਰਡ ਹੋਰ ਕੁਛ ਵੀ ਨਹੀਂ ਸੀ, ਕਿਉਂਕਿ ਪਹਿਲਾਂ ਮੈਂ ਕਿਸੇ ਦਾ ਦੇਖਿਆ ਨਹੀਂ ਸੀ ਕਿ ਕੋਈ, ਅਗਰ ਤੁਸੀਂ ਇਹ ਫੀਲਡ 'ਚ ਜਾਓਗੇ ਤਾਂ ਤੁਹਾਨੂੰ ਫਿਰ ਫਿਲਮਾਂ ਮਿਲਣਗੀਆਂ, ਯੂ ਨੋ, ਇਟ ਵਾਜ਼ ਅ ਫਸਟ ਥਿੰਗ ਐਂਡ ਨਿਊ ਥਿੰਗ ਫੋਰ ਮੀ, ਅਤੇ ਮੇਰੀ ਫੈਮਿਲੀ ਲਈ ਵੀ, ਅਤੇ ਪਾਪਾ ਤਾਂ ਮੇਰੇ ਨਾਲ ਸੀਗੇ, ਮੰਮਾ ਥੋੜ੍ਹੇ ਡਾਈਸੀ ਸੀ ਕਿ ਪਤਾ ਨਹੀਂ, ਹੈ ਨਾ, ਕੱਲ੍ਹ ਨੂੰ ਕੁੜੀ ਦਾ ਵਿਆਹ ਕਰਨਾ ਕੋਈ, ਹੈ ਨਾ, ਉਹ ਜਿੱਦਾਂ ਹੁੰਦਾ ਹੀ ਆ ਇਮਾਮਸ ਨੂੰ, ਅਤੇ ਫੈਮਿਲੀ ਦਾ ਇਹ ਸੀਗਾ ਕਿ ਕੁੜੀ ਹੁਣ ਫਿਲਮਾਂ 'ਚ ਕੰਮ ਕਰੂਗੀ, ਬਸ ਖਤਮ ਕਹਾਣੀ, ਦੈਟਸ ਇਟ, ਯੂ ਨੋ, ਇਹਨੇ ਤਾਂ ਵਾਪਸ ਨਹੀਂ ਆਉਣਾ ਕਦੀ, ਤੋ ਸਟਾਰਟਿੰਗ 'ਚ ਜਦੋਂ ਕੁਛ ਵੀ ਨਵਾਂ ਹੁੰਦਾ ਨਾ, ਥੋੜ੍ਹੀ ਸਟਰਗਲ ਹੁੰਦੀ ਹੈ, ਕਨਵਿੰਸ ਕਰਨਾ ਪੈਂਦਾ, ਬਟ ਬਾਅਦ 'ਚੋਂ ਦੇ ਆਲ ਵਿਦ ਮੀ ਨਾਓ। ਮੋਸਟਲੀ ਜਦੋਂ ਮੈਂਡੀ ਤੱਖਰ ਉਹਨਾਂ ਦੇ ਨਾਲ ਗੱਲ ਕੀਤੀ ਸੀ, ਉਹ ਇੰਗਲੈਂਡ 'ਚ ਉਹਨਾਂ ਵੱਡੇ ਹੋਏ ਨੇਗੇ, ਅਤੇ ਉਹ ਕਹਿੰਦੇ ਕਿ ਜਦੋਂ ਮੈਂ ਇੱਧਰ ਇੰਡਸਟਰੀ ਦੇ ਵਿੱਚ ਆਈ ਸੀਗੀ, ਕਹਿੰਦੇ ਮੈਂ
ਕਿਉਂਕਿ ਸਾਡਾ ਸੁਭਾਅ ਹੁੰਦਾ ਸਾਰਿਆਂ ਨੂੰ ਜੱਫੀ ਪਾ ਕੇ ਮਿਲਣਾ, ਹੈ ਨਾ ਇੱਦਾਂ। ਕਹਿੰਦੇ ਉਹ ਫਿਰ ਮੈਨੂੰ ਹੌਲੀ ਹੌਲੀ ਮੈਨੂੰ ਕਿਸੇ ਨੇ ਕਿਹਾ ਕਿ ਤੁਸੀਂ ਇੱਥੇ ਇੰਨਾ ਖੁੱਲ੍ਹ ਨਹੀਂ ਸਕਦੇ ਹੈਗੇ ਨਾ, ਤੁਸੀਂ ਕਿਸੇ ਦੇ ਨਾਲ ਐਵੇਂ ਜੱਫੀ ਪਾ ਕੇ ਨਹੀਂ ਮਿਲ ਸਕਦੇ ਹੈਗੇ, ਤੁਸੀਂ ਦੂਰੋਂ ਸਤਿ ਸ਼੍ਰੀ ਅਕਾਲ ਜਾਂ ਹੈਂਡਸ਼ੇਕ ਕਰੋ, ਦੈਟਸ ਇਟ, ਆਪਣੀ ਗੱਲ ਕਰੋ ਅਤੇ ਤੁਸੀਂ ਚਲੇ ਜਾਓ। ਕਿਉਂਕਿ ਤੁਸੀਂ ਵੀ ਉਸ ਮਾਹੌਲ, ਕਿਉਂਕਿ ਉਹ ਮਾਹੌਲ ਹੀ ਇੱਦਾਂ ਦਾ ਹੁੰਦਾ ਕਿ ਉੱਥੇ ਕਿਸੇ ਨੂੰ ਹੱਕ ਕਰਨਾ ਇੱਕ ਸਿੰਬਲ ਹੁੰਦਾ ਹੈ ਕਿ ਤੁਹਾਨੂੰ ਮਿਲ ਕੇ ਉਹਨਾਂ ਨਾਲ ਚੰਗਾ ਲੱਗਿਆ, ਹੈ ਨਾ। ਤੁਸੀਂ ਕਿੱਦਾਂ ਐਡਜਸਟ ਕੀਤਾ ਇੰਡਸਟਰੀ ਦੇ ਵਿੱਚ ਆ ਕੇ? ਤੁਹਾਨੂੰ ਕੁਛ ਲੱਗਿਆ ਇੱਦਾਂ ਦਾ ਕਿ ਨਹੀਂ ਮੇਰੇ ਕਿਸੇ ਨੂੰ ਮਿਲਣ ਗਿਲਣ ਦਾ ਤਰੀਕਾ ਹੋਰ ਆ, ਪਰ ਇੱਥੇ ਲੋਕ ਹੋਰ ਤਰ੍ਹਾਂ ਸੋਚਦੇ ਨੇ ਥੋੜ੍ਹਾ ਜਿਹਾ? ਸੀ, ਆਈ ਵਾਜ਼ ਆਲਵੇਜ਼ ਅਵੇਅਰ ਕਿ ਮੈਨ ਦੀ ਮੈਂਟੈਲਿਟੀ ਇੰਡੀਆ ਦੇ ਵਿੱਚ ਡੈਫੀਨੇਟਲੀ ਫਰਕ ਹੈਗਾ ਆ ਕੰਪੇਅਰ ਟੂ ਆਪਣੇ ਬਾਹਰ, ਜਦੋਂ ਆਪਾਂ ਗੱਲ ਕਰਦੇ ਹਾਂ ਉੱਥੇ ਓਪਨ ਆ, ਐਂਡ ਉੱਥੇ ਇੰਨੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਇੰਨਾ ਉਹ ਨਹੀਂ, ਹਊਆ ਨਹੀਂ ਪਾਉਂਦਾ ਕਿ ਹੈਂਡਸ਼ੇਕ ਕੀਤਾ ਜਾਂ ਹੱਕ ਕੀਤੀ, ਯੂ ਨੋ। ਬਟ ਇੱਥੇ ਥੋੜ੍ਹਾ ਜਿਹਾ ਮਾਹੌਲ ਦੇਖ ਕੇ ਤੁਹਾਨੂੰ ਆਪਣੇ ਆਪ ਨੂੰ ਢਾਲਣਾ ਪੈਂਦਾ ਆ। ਬਟ ਅਗੇਨ ਦੇਰ ਆਰ ਸਮ ਪੀਪਲ ਜਿਨ੍ਹਾਂ ਨੂੰ ਇਹ ਲੱਗਦਾ ਕਿ ਦਿਸ ਇਜ਼ ਹਾਓ ਆਇਆ, ਮੈਂ ਤਾਂ ਇੱਦਾਂ ਹੀ ਮਿਲਣਾ ਆ। ਇੱਕ ਸਾਈਡ 'ਤੇ ਉੱਦਾਂ ਦੇ ਲੋਕ ਵੀ ਆ, ਔਰ ਇੱਕ ਹੈਗੇ ਕਿ ਨਹੀਂ ਮੈਂ ਮਾਹੌਲ ਦੇਖ ਕੇ ਆਪਣੇ ਆਪ ਨੂੰ ਢਾਲ ਲੈਣਾ ਕਿ ਨਹੀਂ ਇੱਦਾਂ ਕਰਦੇ, ਤੋ ਆਈ ਵਿਲ ਸੇ ਸਤਿ ਸ਼੍ਰੀ ਅਕਾਲ। ਬਟ ਮੇਰੇ ਮੰਮ ਨੇ ਮੈਨੂੰ ਸ਼ੁਰੂ ਤੋਂ ਇਹ ਗੱਲ ਸਿਖਾਈ ਸੀਗੀ ਕਿ ਜਦੋਂ ਵੀ ਕੋਈ ਤੁਹਾਨੂੰ ਮਿਲਦਾ ਹੱਥ ਜੋੜ ਕੇ ਹਮੇਸ਼ਾ ਨੀਵੇਂ ਹੋ ਕੇ ਸਤਿ ਸ਼੍ਰੀ ਅਕਾਲ ਕਰੋ। ਤੋ ਮੈਂ ਤਾਂ ਸ਼ੁਰੂ ਤੋਂ ਲੈ ਕੇ ਮੈਨੂੰ ਇੱਦਾਂ ਨਹੀਂ ਸੀਗਾ ਕਿ ਹੱਕ ਕਰਨਾ ਹੀ ਆ। ਹਾਂ, ਜਿਹਨੂੰ ਤੁਸੀਂ ਜਾਣਦੇ ਹੋ ਦੈਟ ਹੈਜ਼ ਬਿਕਮ ਪਾਰਟ ਆਫ ਯੋਰ ਫਿਲਮੀ ਫੈਮਲੀ, ਉਹਨੂੰ ਤੁਸੀਂ ਯੂ ਕੈਨ ਮੀਟ ਐਂਡ ਗਰੀਟ ਲਾਈਕ ਦੈਟ। ਬਟ ਮੈਨੂੰ ਹੁਣ ਜਾ ਕੇ ਕੁਛ ਦਿਨ ਪਹਿਲਾਂ ਮੈਂ ਵੀ ਇਹੀ ਚੀਜ਼ ਬਾਰੇ ਸੇਮ ਸੋਚ ਰਹੀ ਸੀ, ਟੈਲੀਪੈਥੀ ਆਈ ਥਿੰਕ, ਕਿ ਮੇ ਬੀ ਸ਼ਾਇਦ ਮੈਨੂੰ ਆਪਣਾ ਮਿਲਣ ਦਾ ਸਟਾਈਲ ਚੇਂਜ ਕਰਨਾ ਚਾਹੀਦਾ। ਯੂ ਨੋ, ਹੁਣ ਮੈਨੂੰ ਹੱਕ ਕਰਕੇ ਮਿਲਣਾ ਚਾਹੀਦਾ, ਯੂ ਨੋ, ਦੋਨੋਂ ਸਤਿ ਸ਼੍ਰੀ ਅਕਾਲ ਨਹੀਂ, ਜਸਟ ਉਹ ਮੈਨੂੰ ਲੱਗਦਾ ਕਿ ਫਾਰਮਲ ਆ। ਬਟ ਇਨਫੈਕਟ ਕੋਪਰੇਟ ਵਰਲਡ ਦੇ ਵਿੱਚ ਵੀ ਕਹਿੰਦੇ ਆ ਕਿ ਹੈਂਡਸ਼ੇਕ ਕਰਨਾ ਚਾਹੀਦਾ, ਸੋ ਇਟ ਕ੍ਰੀਏਟਸ ਦੈਟ ਪਰਸਨਲ ਬੋਂਡ, ਹੈ ਨਾ। ਅਤੇ ਇੱਥੇ ਹੌਲੀ ਹੌਲੀ ਚੀਜ਼ਾਂ ਆ ਰਹੀਆਂ, ਬਟ ਹੁਣ ਪਤਾ ਨਹੀਂ ਨਾ ਸਾਹਮਣੇ ਵਾਲਾ ਨੂੰ ਕਿਸ ਨਜ਼ਰੀਏ 'ਚ ਲੈਂਦਾ। ਤੁਸੀਂ ਹੱਕ ਕਰ ਰਹੇ ਹੋ, ਉਹਨੂੰ ਲੱਗਦਾ ਤੁਸੀਂ ਫਰੈਂਡਲੀ ਹੱਕ ਕਰ ਰਹੇ ਹੋ, ਉਹਨੂੰ ਲੱਗਦਾ ਕਿ ਬਈ, ਯੂ ਨੋ। ਆਈ ਥਿੰਕ ਇਟਸ ਅ ਪਰਸਨਲ ਚੋਇਸ ਯਾ। ਅਤੇ ਮਾਹੌਲ ਦੇਖ ਕੇ ਆਪਣੇ ਆਪ ਨੂੰ ਤੁਸੀਂ ਉਹ ਕਰ ਸਕਦੇ ਹੋ। ਇੱਕ ਚੀਜ਼ ਹੋਰ ਵੀ ਆ, ਜਿਹੜੇ ਸਾਡੇ NRI ਆਰਟਿਸਟ ਨੇਗੇ, ਹੈ ਨਾ, ਅਤੇ ਉਹ ਜਦੋਂ ਇਸ ਪ੍ਰੋਫੈਸ਼ਨ 'ਚ ਆਉਂਦੇ ਨੇ, ਉਹਨਾਂ ਨੂੰ ਲੱਗਦਾ ਕਿ ਜਿਵੇਂ ਕੋਈ ਡਾਕਟਰ ਆ, ਕੋਈ ਇੰਜੀਨੀਅਰ ਆ, ਕੋਈ ਟੀਚਰ ਆ, ਤਾਂ ਇੱਦਾਂ ਮੇਰਾ ਇਹ ਫੀਲਡ, ਮੇਰਾ ਇਹ ਪ੍ਰੋਫੈਸ਼ਨ ਆ, ਇਹ ਮੇਰੀ ਜੋਬ ਆ, ਹੈ ਨਾ। ਪਰ ਜਦੋਂ ਅਸੀਂ ਪੰਜਾਬ 'ਚ ਰਹਿੰਦੇ ਹਾਂ ਤਾਂ ਸਾਡੇ ਦੇ ਉੱਪਰ ਸਟਾਰਡਮ ਬਹੁਤ ਜ਼ਿਆਦਾ ਹਾਵੀ ਹੋ ਜਾਂਦਾ ਹੈ ਕਿ ਯੂਨੋ ਮੈਂ ਸੈਲੀਬ੍ਰਿਟੀ ਹਾਂ, ਮੈਂ ਸਟਾਰ ਹਾਂ। ਪਰ ਇਹ ਚੀਜ਼ ਜਿਹੜੀ ਸਾਡੀ NRI ਜਦੋਂ ਤੁਸੀਂ ਹੋ ਜਾਂ ਫਿਰ ਬਾਹਰੋਂ ਜਿਹੜੇ ਆ ਕੇ ਇੰਡਸਟਰੀ 'ਚ ਕੰਮ ਕਰਦੇ ਨੇਗੇ ਨਾ, ਉਹ ਸਮਝਦੇ ਨੇ ਕਿ ਨਹੀਂ, ਸੈਲੀਬ੍ਰਿਟੀ ਨਹੀਂ, ਇਹ ਸਾਡੀ ਜੋਬ ਆ। ਜਿਵੇਂ ਬਾਕੀ ਜਣੇ ਅਲੱਗ ਅਲੱਗ ਜੋਬਸ ਕਰਦੇ ਨੇ, ਤਾਂ ਮੈਂ ਇਹ ਜੋਬ ਕਰਦੀ ਹਾਂ। ਇਹ ਥਿੰਕਿੰਗ ਪ੍ਰੋਸੈਸ ਕੀ ਹੈ, ਮਤਲਬ ਤੁਹਾਡੇ 'ਤੇ ਨਹੀਂ ਲੱਗਦਾ ਕਿ ਮੈਂ ਸੈਲੀਬ੍ਰਿਟੀ ਹਾਂ, ਮੈਂ ਇੱਦਾਂ ਉੱਦਾਂ, ਜਾਂ ਮੈਨੂੰ ਬਹੁਤ ਅਟੈਨਸ਼ਨ ਮਿਲਣੀ ਚਾਹੀਦੀ ਆ, ਜਾਂ ਮੈਂ ਬਹੁਤ ਜ਼ਿਆਦਾ ਪਬਲਿਕ ਨਹੀਂ ਹੋ ਸਕਦੀ ਹੈਗੀ, ਜਾਂ ਉਹ ਓਕੇ ਮੈਂ ਸਟਾਰ ਹਾਂ, ਮੈਂ ਬਹੁਤ ਜ਼ਿਆਦਾ ਕਿਸੇ ਦੇ ਨਾਲ ਨੇੜੇ ਹੋ ਕੇ ਗੱਲ ਨਹੀਂ ਕਰਨੀ, ਹੈ ਨਾ। ਕਿਉਂਕਿ ਜਦੋਂ ਤੁਸੀਂ ਪੰਜਾਬ 'ਚ ਰਹਿ ਕੇ ਕੰਮ ਕਰਦੇ ਹੋ ਤਾਂ ਸਾਡੀ ਮੇਕਿੰਗ ਇਸ ਤਰ੍ਹਾਂ ਦੀ ਹੁੰਦੀ ਆ, ਪਰ ਜਦੋਂ ਅਸੀਂ ਓਵਰਸੀਜ਼ ਦੇ ਵਿੱਚ ਰਹਿੰਦੇ ਹਾਂ, ਉਹਨਾਂ ਕੰਟਰੀਜ਼ ਦੇ ਵਿੱਚ ਰਹਿੰਦੇ, ਸਾਡੀ ਮੇਕਿੰਗ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਇਹ ਡਾਕਟਰ ਆ, ਇਹਦੀ ਜੋਬ ਆ, ਤਾਂ ਮੈਂ ਐਕਟਰ ਆ, ਇਹ ਮੇਰੀ ਜੋਬ ਆ, ਹੈ ਨਾ। ਤੁਸੀਂ ਕੀ ਕਹਿਣਾ ਚਾਹੋਗੇ? ਸੀ, ਮੈਨੂੰ ਇਹ ਲੱਗਦਾ ਥੋੜ੍ਹੀਆਂ ਗੱਲਾਂ ਸੁਣ ਕੇ ਮੈਨੂੰ ਪ੍ਰੈਸ਼ਰ ਹੋ ਗਿਆ ਕਿ ਹਾਏ, ਅੱਛਾ ਮੈਂ ਇਹਨੂੰ ਨਹੀਂ ਮਿਲ ਸਕਦੀ, ਮੈਂ ਬਾਹਰ ਨਹੀਂ ਜਾ ਸਕਦੀ, ਮੈਂ ਆਪਣੇ ਤਰੀਕੇ, ਓ ਮਾਈ ਗੋਡ, ਮੈਨੂੰ ਪਹਾੜ ਲੱਗਦਾ ਸਿਰ 'ਤੇ ਨਾ। ਆਈ ਐਮ ਵਟ ਆਈ ਐਮ, ਆਈ ਮੈਨੂੰ ਲੋਕਾਂ ਦਾ ਪਿਆਰ ਮਿਲਦਾ ਰਹੇ, ਮੇਰੀਆਂ ਫਿਲਮਾਂ ਨੂੰ ਪਸੰਦ ਕਰਦੇ ਰਹਿਣ, ਕੰਮ ਨੂੰ ਪਸੰਦ ਕਰਦੇ ਰਹਿਣ, ਦੇਖਦੇ ਰਹਿਣ, ਮੇਰੇ ਲਈ ਆਹ 3-4 ਚੀਜ਼ਾਂ ਹੀ ਕਾਫੀ ਨੇ। ਅਦਰ ਦੈਨ ਦੈਟ, ਉਹ ਜਿਹੜੀ ਟ੍ਰੀਟਮੈਂਟ ਹੁੰਦੀ ਆ, ਇਹ ਸਾਰੀ ਸ਼ੋਸ਼ਾਬਾਜ਼ੀ ਹੈ, ਟੂ ਬੀ ਓਨੈਸਟ। ਆਈ ਡੋਂਟ ਨੋ ਇਫ ਇਟਸ ਗੋਨਾ ਗੋ ਕੰਟਰੋਵਰਸ਼ਲ ਵਰਡ, ਇਹ ਸਭ ਇੱਕ ਹੂਆ ਹੁੰਦਾ ਕਿ ਲੁੱਕ ਆਈ ਐਮ ਅ ਸਟਾਰ, ਮੇਰੇ 5-6 ਪਿੱਛੇ ਮੇਰੇ ਬੰਦੇ ਆ, ਬਾਊਂਸਰ ਐਂਡ ਦਿਸ ਐਂਡ ਦੈਟ, ਆਈ ਐਮ ਰੀਲੀ ਕੂਲ, ਮੈਨੂੰ ਦੇਖੋ, ਅਟੈਨਸ਼ਨ, ਯੂ ਨੋ। ਮੈਂ ਚਾਹੁੰਦੀ ਹਾਂ ਕਿ ਮੇਰਾ ਕੰਮ ਲੋਕਾਂ ਨੂੰ ਅਟਰੈਕਟ ਕਰੇ, ਉਹ ਮੇਰੀ ਅਟੈਨਸ਼ਨ ਹੋਵੇ, ਰਾਦਰ ਦੈਨ ਯੂ ਨੋ ਮੈਂ ਆਪ ਜਾ ਕੇ ਉੱਥੇ ਕਰਾਂ। ਸੋ ਹੀਅਰ ਈਵਨ ਯੂ ਸੀ ਆਈ ਐਮ ਵੈਰੀ ਸਿੰਪਲ ਹੀਅਰ। ਅਜੇ ਕੱਲ੍ਹ ਹੀ ਮੈਨੂੰ, ਮੈਂ ਵੈਂਟ ਟੂ ਗੈਟ ਮਾਈ ਨੇਲਸ ਡਨ, ਅਤੇ ਕੱਲ੍ਹ ਹੀ ਮੈਨੂੰ ਇੱਦਾਂ ਕੋਈ ਮਿਲਿਆ, ਐਂਡ ਉਹਨਾਂ ਨੇ ਕਿਸੇ ਹੋਰ ਹੀਰੋਇਨ ਬਾਰੇ ਗੱਲ ਕੀਤੀ ਪੰਜਾਬੀ ਦੀ, ਕਿ ਪਿੱਛੇ ਜੋ ਉਹਨਾਂ ਦੀ ਫਿਲਮ ਆਈ ਸੀ ਅਤੇ ਉਹਨਾਂ ਦੇ ਸੈੱਟ 'ਤੇ ਮਿਲੇ, ਅਤੇ ਉਹ ਨਹੀਂ ਚੰਗੀ ਤਰ੍ਹਾਂ ਟ੍ਰੀਟ ਕੀਤਾ ਕਿ ਆਈ ਐਮ ਸਮਵਨ ਐਂਡ ਆਈ ਡੋਂਟ ਹੈਵ ਟਾਈਮ ਦਿਸ ਐਂਡ ਦੈਟ, ਐਂਡ ਉਹ ਮੇਰੇ ਨਾਲ ਬੈਠ ਕੇ, ਕੈਨ ਯੂ ਬਿਲੀਵ ਇਟ, ਜਿੰਨੀ ਦੇਰ ਮੈਂ ਨੇਲਸ ਕਰਾਉਣੀ ਮੇਰੇ ਨਾਲ ਬੈਠ ਕੇ ਉਹਨਾਂ ਨੇ ਅੱਧਾ ਘੰਟਾ ਗੱਲਾਂ ਕੀਤੀਆਂ। ਆਈ ਲਾਈਕ ਟੂ ਨੋ ਪੀਪਲ, ਆਈ ਲਾਈਕ ਟੂ ਨੋ ਨੋਰਮਲ ਪੀਪਲ, ਆਈ ਮੀਨ ਨੋਰਮਲ, ਕਿ ਮੈਂ ਵੀ ਤਾਂ ਨੋਰਮਲ ਹੀ ਸੀ, ਕਿ ਉਹ ਤਾਂ ਹੈ ਨਾ, ਹੁਣ ਤੁਸੀਂ ਇਸ ਫੀਲਡ 'ਚ ਆ ਗਏ, ਹਾਈਲਾਈਟ ਹੋ ਜਾਂਦੇ ਹੋ ਤੁਸੀਂ ਜ਼ਿਆਦਾ, ਐਂਡ
ਕਈਆਂ ਨੂੰ ਲੱਗਦਾ ਜੋ ਦੂਰ ਹੁੰਦੇ ਨੇ ਕਿ ਇਟਸ ਅ ਸੈਲੀਬ੍ਰਿਟੀ, ਹੈ ਨਾ। ਆਈ ਲਾਈਕ ਟੂ ਕੀਪ ਇਟ ਵੈਰੀ ਸਿੰਪਲ, ਆਈ ਲਾਈਕ ਟੂ ਇੰਟਰੈਕਟ, ਆਈ ਲਾਈਕ ਟੂ ਕਮਿਊਨੀਕੇਟ ਵਿਦ ਪੀਪਲ। ਮੈਨੂੰ ਇਹ ਚੀਜ਼ਾਂ ਬੜੀਆਂ ਵਧੀਆ ਲੱਗਦੀਆਂ, ਔਰ ਮੈਨੂੰ ਆ ਪ੍ਰੈਸ਼ਰ, ਆਈ ਕਾਂਟ ਟੇਕ ਦਿਸ ਦਿਸ ਹਾਊਆ ਐਂਡ ਆਲ ਦੈਟ, ਆਈ ਐਮ ਸੋਰੀ, ਮੈਨੂੰ ਬਹੁਤ ਬੋਝ ਲੱਗਦਾ ਆ। ਮੈਂ ਇੱਕ ਤੁਹਾਡੀ ਵੀਡੀਓ ਵੀ ਦੇਖੀ ਸੀ ਜਿੱਥੇ ਇੱਕ ਮਤਲਬ 7-8 ਸਾਲ ਦੀ ਕੁੜੀ ਆ ਕੇ ਜਿਸ ਤੁਹਾਨੂੰ ਕਹਿੰਦੀ ਹੈ ਕਿ ਤੁਸੀਂ ਬਹੁਤ ਸੋਹਣੇ ਹੋ, ਹੈ ਨਾ, ਤੁਸੀਂ ਉਹਨਾਂ ਦੇ ਨਾਲ ਸਪੈਸ਼ਲ ਲਾਈਵ ਹੋਏ। ਯਾ, ਆਈ ਮੀਨ ਮੈਨੂੰ ਚੰਗਾ ਲੱਗਦਾ। ਹੁਣ ਮੈਂ ਕਹਾਂ ਨਹੀਂ ਬੇਟੇ ਮੇਰੇ ਕੋਲ ਟਾਈਮ ਨਹੀਂ, ਮੈਂ ਆਪਣਾ ਡਿਨਰ ਕਰ ਰਹੀ ਹਾਂ, ਆਮ ਸੋਰੀ 10-15 ਮਿੰਟ ਬਾਅਦ ਆਇਓ। ਜਿੱਥੇ ਜ਼ਰੂਰਤ ਹੋ ਤਾਂ ਤੁਸੀਂ ਕਹਿ ਵੀ ਸਕਦੇ ਹੋ, ਜੇ ਤੁਸੀਂ ਕਨਵਰਸੇਸ਼ਨ ਕਰ ਰਹੇ ਹੋ, ਹੁਣ ਇੱਥੇ ਕੋਈ ਆ ਰਹੇ ਤਾਂ ਆਲ ਵੀ ਲਾਈਕ ਕਿ ਹਾਂ ਇੰਟਰਵਿਊ ਚੱਲ ਰਹੀ, ਪਲੀਜ਼ 2 ਮਿੰਟ ਵੇਟ ਕਰ ਲਓ, ਹੈ ਨਾ। ਬਟ ਜਿੱਥੇ ਤੁਹਾਨੂੰ ਲੱਗਦਾ ਕਿ ਸਪੈਸ਼ਲ, ਜਿੱਥੇ ਤੁਸੀਂ ਕਰ ਸਕਦੇ ਹੋ, ਯੂ ਸ਼ੁੱਡ, ਯੂ ਮਸਟ ਡੂ ਇਟ। ਇੱਕ ਬੰਦਾ, ਇੱਕ ਬੱਚਾ ਚੱਲ ਕੇ ਆ ਕੇ ਤੁਹਾਨੂੰ ਐਕਨੋਲੇਜ ਕਰ ਰਿਹਾ ਤੁਹਾਡੀ ਬਿਊਟੀ ਨੂੰ, ਐਂਡ ਤੁਸੀਂ ਕਹਿ ਰਹੇ ਸੋਰੀ ਮੈਂ ਡਿਨਰ ਕਰ ਰਹੀ, ਆਮ ਸੋਰੀ ਆਮ ਰੀਲੀ ਬਿਜ਼ੀ ਨਾਓ, ਇਟ ਡਜ਼ਨਟ ਵਰਕ ਲਾਈਕ ਦੈਟ ਫੋਰ ਮੀ ਪਰਸਨਲੀ, ਇਟ ਡਜ਼ਨਟ ਵਰਕ ਲਾਈਕ ਦੈਟ। ਇਹ ਸਵਾਲ ਤੁਹਾਨੂੰ ਬਹੁਤ ਵਾਰੀ ਹੋਇਆ ਹੋਊਗਾ ਕਿ ਤੁਸੀਂ 2011 ਤੋਂ ਬਾਅਦ ਗੈਪ ਕਿਉਂ ਲਿਆ, ਫਿਰ ਉਸ ਤੋਂ ਬਾਅਦ 2014 ਤੋਂ ਬਾਅਦ 4 ਸਾਲ ਦਾ ਗੈਪ ਕਿਉਂ ਲਿਆ, ਹੈ ਨਾ। ਮਿੱਟੀ ਵਾਜਾਂ ਮਾਰਦੀ ਤੋਂ ਬਾਅਦ ਤੁਸੀਂ ਫਾਈਨਲੀ ਡਿਸਾਈਡ ਕਰ ਲਿਆ ਸੀਗਾ, ਕਿਉਂਕਿ ਕਈ ਵਾਰੀ ਆਪਣਾ ਐਂਬੀਸ਼ਨ ਹੁੰਦਾ ਕਿ ਮੈਂ ਇਹ ਚੀਜ਼ ਕਰਨੀ ਆ, ਕਰਨੀ ਆ, ਕਰਨੀ ਆ, ਪਰ ਸਾਨੂੰ ਉਹਦੇ ਜਦੋਂ ਅਸੀਂ ਉਸ ਚੀਜ਼ ਦੇ ਵਿੱਚ ਜਾਂਦੇ, ਸਾਨੂੰ ਪਤਾ ਲੱਗਦਾ ਕਿ ਨਹੀਂ, ਅੱਛਾ, ਇਹਦੇ ਨਾਲ ਚੈਲੇਂਜਸ ਵੀ ਬਹੁਤ ਹੋਣਗੇ ਯਾਰ, ਇਸ ਚੀਜ਼ ਲਈ ਤਾਂ ਮੈਂ ਨਹੀਂ ਬਣੀ ਹੈਗੀ, ਜਾਂ ਇਸ ਕੰਮ ਦੇ ਵਿੱਚ ਜਿੱਦਾਂ ਦਾ ਇਹ ਨੇਚਰ ਮੈਨੂੰ ਰੱਖਣਾ ਪਊਗਾ, ਇੱਦਾਂ ਦਾ ਮੇਰਾ ਹੈ ਨੀਗਾ, ਨਾ। ਤੁਸੀਂ ਡੈਫੀਨੇਟ ਹੋ ਚੁੱਕੇ ਸੀਗੇ ਕਿ ਨਹੀਂ, ਹਾਂ, ਮੈਂ ਇਸ ਪ੍ਰੋਫੈਸ਼ਨ 'ਚ ਕੰਟੀਨਿਊ ਕਰ ਸਕਦੀ ਹਾਂ? ਮੈਨੂੰ ਘਰਦੇ ਨੇ ਕਿਹਾ ਸੀ ਵੀ ਕੁੜੀਏ ਇੱਕ ਫਿਲਮ ਕਰ ਲਾ, ਉਸ ਤੋਂ ਬਾਅਦ ਤੇਰਾ ਵਿਆਹ ਕਰ ਦੇਣਾ ਸੀ, ਯੂ ਨੋ, ਆਪਣਾ ਚਾਹ ਪੂਰਾ ਕਰਨਾ ਸੀ। ਇਹ ਨਹੀਂ ਕਹਿੰਦੇ ਕਿ ਕੱਲ੍ਹ ਨੂੰ ਸਾਨੂੰ ਮਤਲਬ ਚਾਂਸ ਨਹੀਂ ਪਾਪਾ ਨੇ ਜਾਂ ਮੰਮਾ ਨੇ ਦਿੱਤਾ, ਤੂੰ ਇੱਥੋਂ ਤੱਕ ਪਹੁੰਚੀ ਆਪਣੀ ਮਿਹਨਤ ਕਰਕੇ, ਨਾਮ ਕਮਾਇਆ, ਫਿਲਮ ਕਰਨੀ ਆ, ਫਿਲਮ ਕਰਕੇ ਦੇਖ ਲਓ, ਇੱਕ ਫਿਲਮ ਤੋਂ ਬਾਅਦ ਤੁਸੀਂ, ਤੁਹਾਡਾ ਵਿਆਹ ਹੋ ਜਾਏਗਾ, ਗੱਲ ਖਤਮ। ਆਈ ਵਾਜ਼ ਲਾਈਕ, ਠੀਕ ਹੈ, ਇੱਕ ਮੌਕਾ ਮਿਲ ਰਿਹਾ ਫਿਲਮ ਕਰਨਾ, ਆਈ ਵਿਲ ਡੂ ਇਟ। ਬਟ ਅੰਦਰੋਂ ਇਹ ਸੀਗਾ ਕਿ ਇਫ ਆਈ ਕੈਨ ਕੈਰੀ ਔਨ, ਆਈ ਵਿਸ਼, ਯੂ ਨੋ। ਅਤੇ ਉਸ ਤੋਂ ਬਾਅਦ ਮੈਂ ਤਾਂ ਗੈਪ ਹੋ ਗਈ ਸੀ, ਵਿੱਚੋਂ ਗੈਪ ਤਾਂ ਲਿਆ ਸੀਗਾ ਕਿ ਆਹ ਸਿਲਸਿਲਾ ਚੱਲ ਰਿਹਾ ਸੀ। ਠੀਕ ਹੈ, ਜਦੋਂ ਤੁਸੀਂ ਦੁਬਾਰਾ ਆਏ, ਜਦੋਂ ਇੱਕ ਵਰਡ ਮੀਡੀਆ ਸਾਡਾ ਕ੍ਰੀਏਟ ਕਰ ਦਿੰਦਾ ਕਿ ਜਪਜੀ ਖਹਿਰਾ ਨੇ ਕੀਤਾ ਕਮ ਬੈਕ, ਉਹ ਵਰਡ ਤੁਹਾਨੂੰ ਕਿੱਦਾਂ ਦਾ ਲੱਗਦਾ? ਮੈਨੂੰ ਲੱਗਦਾ ਹੁਣ ਨਹੀਂ ਮੀਡੀਆ ਕ੍ਰੀਏਟ ਕਰਦਾ, ਕਿਉਂਕਿ ਜਪਜੀ ਖਹਿਰਾ ਇਜ਼ ਕੀਪ ਕਮਿੰਗ, ਆਈ ਜਸਟ ਕੀਪ ਕਮਿੰਗ ਬੈਕ। ਕਹਿੰਦੇ ਹੋਣੇ ਕਿੰਨੀ ਕੁ ਵਾਰੀ ਕਮ ਬੈਕ ਕਰਨਾ ਇਹਨੇ, ਲਾਈਕ ਯੂ ਨੋ, ਕਮ ਬੈਕ ਹੁੰਦਾ ਚਲੋ ਇੱਕ ਵਾਰੀ ਆ ਗਿਆ, ਉਹ ਮੈਂ ਤਾਂ 4-5 ਵਾਰੀ ਪਤਾ ਨਹੀਂ ਕਿੰਨੀ ਵਾਰੀ ਗਾਇਬ ਹੋ ਕੇ ਵਾਪਸ ਆਈ ਹਾਂ। ਤੋ ਮੈਂ ਕਿਤੇ ਨਹੀਂ ਸੀ ਗਈ, ਆ ਵਾਜ਼ ਹੇਅਰ, ਮੈਨੂੰ ਸਕ੍ਰਿਪਟਸ ਵੀ ਇਨ ਦਾ ਮੇਨ ਟਾਈਮ ਜਦੋਂ ਮੈਂ ਆਸਟ੍ਰੇਲੀਆ ਸੀ ਉਹ 4 ਸਾਲ, ਮੈਨੂੰ ਸਕ੍ਰਿਪਟਸ ਵੀ ਆਈਆਂ ਸੀਗੀਆਂ, ਮੈਨੂੰ ਕਈ ਸਕ੍ਰਿਪਟਸ ਵਿਦ ਡਿਊ ਰਿਸਪੈਕਟ, ਮੈਨੂੰ ਲੱਗਾ ਕਿ ਮੈਂ ਨਹੀਂ ਇਹਨਾਂ ਦਾ ਪਾਰਟ ਬਣਨਾ ਚਾਹੁੰਦੀ ਜਾਂ ਨਹੀਂ ਬਣ ਸਕਦੀ ਫੋਰ ਸਮ ਰੀਜ਼ਨ, ਅਤੇ ਮੈਂ ਨਹੀਂ ਕੀਤੀਆਂ ਉਹ। ਇਟਸ ਨੋਟ ਕਿ ਕੰਮ ਨਹੀਂ, ਇੰਡਸਟਰੀ ਇੰਨੀ ਗਰੋ ਹੋ ਗਈ, ਇੰਨਾ ਕੰਮ ਆ, ਇੰਨੀਆਂ ਸਕ੍ਰਿਪਟਸ ਲਿਖੀਆਂ ਜਾਂਦੀਆਂ ਨੇ, ਇੰਨੇ ਪ੍ਰੋਜੈਕਟਸ ਬਣ ਰਹੇ ਨੇ। ਇਟਸ ਜਸਟ ਕਿ ਮੇਰੀ ਚੋਇਸ ਸੀਗੀ ਕਿ ਆਈ ਜਸਟ ਡਿਡਨਟ ਵਾਂਟਡ ਟੂ ਬੀ ਪਾਰਟ ਆਫ ਦੋਸ ਫਿਲਮਸ, ਮੈਨੂੰ ਲੱਗਦਾ ਸੀ ਸ਼ਾਇਦ ਮੈਂ ਨਹੀਂ 100% ਦੇ ਪਾਵਾਂਗੀ ਜਾਂ ਜਿਸ ਤਰ੍ਹਾਂ ਦਾ ਮੈਂ ਕੰਮ ਕਰਨਾ ਚਾਹੁੰਦੀ। ਫਿਰ ਉਸ ਤੋਂ ਬਾਅਦ ਆਈ ਥਿੰਕ ਆਈ ਕੇਮ ਬੈਕ ਵਿਦ ਕੁੜਮਾਈਆਂ, ਜੀ ਸਨ ਆਫ ਮਨਜੀਤ ਸਿੰਘ, ਫਿਰ ਅਰਦਾਸ, ਹਾਂਜੀ, ਹੈ ਨਾ, ਫਿਰ ਮਿੱਟੀ ਵਿਰਾਸਤ ਬੱਬਰਾਂ ਦੀ, ਜਦੋਂ ਇਹ 4 ਸਾਲ ਤੁਸੀਂ ਇੰਡਸਟਰੀ 'ਚ ਕੰਮ ਨਹੀਂ ਕਰ ਰਹੇ ਹੁੰਦੇ, ਤੁਸੀਂ ਮੈਂਟਲੀ ਪ੍ਰਿਪੇਅਰ ਹੁੰਦੇ ਹੋ ਕਿ ਇਹ ਚੀਜ਼ ਮੈਨੂੰ ਆਫਰ ਹੋ ਰਹੀ ਹੈ ਅਤੇ ਇਹਦੇ ਲਈ ਮੈਂ ਨਹੀਂ ਜਾਣਾ ਹੈਗਾ? ਪਰ ਕਿਤੇ ਨਾ ਕਿਤੇ ਉਹ ਚੀਜ਼ ਵੀ ਹੁੰਦੀ ਹੈ, ਜਿਵੇਂ ਤੁਸੀਂ ਕਿਹਾ ਕਿ ਬਹੁਤ ਕੰਮ ਆ ਰਿਹਾ, ਬਹੁਤ ਲੋਕ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਨੇਗੇ, ਕਿ ਕਿਤੇ ਮੈਂ ਆਪਣੀ ਉਹ, ਮੈਂ ਆਪਣਾ ਕੰਫਰਟ ਦੇਖਦੇ ਦੇਖਦੇ ਜਾਂ ਫਿਰ ਮੈਂ ਆਪਣੀ ਚੋਇਸਿਸ ਦੇ ਅਕੋਰਡਿੰਗ ਸਾਰਾ ਕੁਝ ਕੰਮ ਦੇਖਦੇ ਦੇਖਦੇ ਕਿਤੇ ਮੈਂ ਆਪਣੀ ਸਪੇਸ ਆ ਜਿਹੜੀ ਇੰਡਸਟਰੀ 'ਚ ਉਹ ਖਤਮ ਨਾ ਕਰ ਲਵਾਂ? ਖਤਮ ਹੋ ਜਾਏਗੀ ਤਾਂ ਫਿਰ ਬਣ ਜਾਏਗੀ, ਆਈ ਮੀਨ ਇਹ, ਯੂ ਨੋ, ਇਟਸ ਆਈ ਥਿੰਕ ਇੱਕ ਉਹ ਬਣਾਇਆ ਹੋਇਆ, ਮੇ ਬੀ ਅ ਸਟਿਗਮਾ ਅਟੈਚ ਟੂ ਇਟ, ਕਿ ਲਾਈਕ ਵਾਂਸ ਯੂ ਡਿਸਅਪੀਅਰ, ਤੁਹਾਡੀ ਜਗ੍ਹਾ ਕਿਸੇ ਹੋਰ ਨੇ ਲੈ ਲੈਣੀ ਆ। ਇਨਫੈਕਟ ਮੈਨੂੰ ਕਿਸੇ ਨੇ ਕਿਹਾ ਵੀ ਸੀ, ਮੈਂ ਨਾਮ ਨਹੀਂ ਲਊਂਗੀ, ਐਂਡ ਸਮਨ ਵਾਜ਼ ਲਾਈਕ ਕਿ ਤੁਸੀਂ ਕਿਉਂ ਡਿਸਅਪੀਅਰ ਹੋ ਜਾਂਦੇ ਹੋ, ਤੁਹਾਡੀ ਜਗ੍ਹਾ 'ਤੇ ਨਵੀਆਂ ਕੁੜੀਆਂ ਆਉਂਦੀਆਂ, ਨਵੀਆਂ ਕੁੜੀਆਂ ਆ ਕੇ ਅਗਰ ਇੱਕ ਨੇ ਵੀ ਆਪਣੀ ਇੱਦਾਂ ਦੀ ਜਗ੍ਹਾ ਬਣਾ ਲਈ, ਦੈਨ ਯੂ ਵਿਲ ਬੀ ਰਿਪਲੇਸਡ, ਯੂ ਨੋ। ਵੈਲ, ਮੈਨੂੰ ਪਤਾ ਮੇਰੇ ਕੰਮ 'ਚ ਦਮ ਹੈਗਾ, ਮੈਨੂੰ ਪਤਾ ਮੇਰੀ ਐਕਟਿੰਗ 'ਚ ਦਮ, ਔਰ ਮੈਨੂੰ ਪਤਾ ਮੈਂ ਪੈਸ਼ਨੇਟ ਹਾਂ, ਓਕੇ, ਆਈ ਕੈਨ ਗੋ ਟੂ ਐਨੀ ਐਕਸਟੈਂਟ ਇਨ ਟਰਮਸ ਆਫ ਪਰਸਨੈਲਿਟੀ, ਆਪਣੀ ਨੂੰ ਖਤਮ ਕਰਕੇ ਉਸ ਕਰੈਕਟਰ ਨੂੰ ਅਪਣਾਉਣ 'ਚ, ਆਈ ਕੈਨ ਗੋ ਟੂ ਐਨੀ ਐਕਸਟੈਂਟ। ਅਗਰ ਮੈਨੂੰ ਕੋਈ ਕਹੇ ਕਿ 1 ਮਹੀਨਾ ਤੁਸੀਂ ਕਮਰੇ 'ਚ ਬੰਦ ਰਹਿ ਕੇ ਇਸ ਕਰੈਕਟਰ ਦੀ ਪ੍ਰੈਪਰੇਸ਼ਨ ਕਰਨੀ, ਆਈ ਵਿਲ ਡੂ ਦੈਟ, ਬਟ ਇੱਦਾਂ ਦਾ ਮਿਲੇ ਤਾਂ ਸਹੀ, ਯੂ ਨੋ ਵਟ ਆਈ ਮੀਨ, ਇੱਦਾਂ ਦਾ ਕੋਈ ਲਿਖੇ ਤਾਂ ਸਹੀ। ਸੋ ਦ ਥਿੰਗ ਇਜ਼ ਕਿ ਸੋਰੀ, ਆਈ ਜਸਟ ਲੋਸ ਦ ਟਰੈਕ, ਆਈ ਮੀਨ ਕੀ ਕਹਿ ਰਹੇ ਸੀਗੇ ਤੁਸੀਂ? ਬਸ ਇਹ ਸੀਗੀ ਵੀ, ਹਾਂ ਵੀ ਕਿਤੇ ਨਾ ਕਿਤੇ ਫੀਲ ਤਾਂ ਨਹੀਂ ਹੁੰਦਾ ਕਿ ਜੋ ਇੰਡਸਟਰੀ 'ਚ ਸਪੇਸ ਹੈਗੀ ਆ ਰਿਪਲੇਸ। ਤੋ ਮੈਨੂੰ ਕੋਈ ਇਹ ਗੱਲ ਜਿੱਦਾਂ ਮੈਂ ਕਿਹਾ ਕਿ ਕਹਿ ਰਿਹਾ ਸੀਗਾ,
ਸੀ ਹਰ ਇੱਕ ਦਾ ਆਪਣਾ ਸੋਚਣ ਦਾ ਨਜ਼ਰੀਆ ਆ, ਤਰੀਕਾ ਆ, ਤਾਂ ਮੈਨੂੰ ਨਹੀਂ ਲੱਗਦਾ ਕਿ ਜੇ ਤੁਹਾਡੇ ਕੰਮ 'ਚ ਦਮ ਹੈਗਾ ਤਾਂ ਤੁਹਾਨੂੰ ਕੋਈ ਰਿਪਲੇਸ ਕਰਨਾ ਚਾਹੇਗਾ ਜਾਂ ਕਰ ਸਕਦਾ ਆ। ਮੋਸਟ ਵੈਲਕਮ ਜਿਨ੍ਹਾਂ ਨੇ ਨਵਿਆਂ ਨੇ ਆਉਣਾ, ਜ਼ਰੂਰ ਆਉਣ, ਬਹੁਤ ਕੰਮ ਆ, ਜ਼ਰੂਰ ਆਓ, ਕੰਮ ਕਰੋ, ਸਹੀ ਤਰੀਕੇ ਨਾਲ ਕੰਮ ਕਰੋ, ਐਂਡ ਦੈਨ ਯੂ ਕੈਨ ਗੋ, ਯੂ ਨੋ, ਯੂ ਕੈਨ ਰੀਚ ਦਾ ਹਾਈਟਸ। ਜੁਰਤ ਦੇ ਸੈਕਿੰਡ ਚੈਪਟਰ ਦੇ ਵਿੱਚ ਜੋ ਤੁਹਾਨੂੰ ਕਰੈਕਟਰ ਅਮਰਦੀਪ ਗਿੱਲ ਹੋਰਾਂ ਵੱਲੋਂ ਔਫਰ ਕੀਤਾ ਗਿਆ, ਤੁਸੀਂ ਇੱਕ ਪੋਲੀਟੀਸ਼ੀਅਨ ਪਲੇ ਕਰ ਰਹੇ ਹੋ। ਮੈਨੂੰ ਲੱਗਦਾ ਕਿ ਪਹਿਲੀ ਵਾਰ ਪੰਜਾਬੀ ਸਿਨੇਮਾ ਦੇ ਵਿੱਚ ਇੱਦਾਂ ਹੋਇਆ ਹੋਣਾ ਕਿ ਇਹ ਬੋਲੀਵੁੱਡ 'ਚ ਤਾਂ ਅਸੀਂ ਦੇਖਿਆ ਕਿ ਮਤਲਬ ਜਿਹੜੀਆਂ ਫੀਮੇਲ ਹੀਰੋਇਨਸ ਹੁੰਦੀਆਂ ਨੇ, ਫੀਮੇਲ ਐਕਟਰੈਸ ਹੁੰਦੀਆਂ ਨੇ, ਕਿ ਉਹਨਾਂ ਦੇ ਲਈ ਇੱਕ ਪੋਲੀਟੀਸ਼ੀਅਨ ਦਾ ਕਿਰਦਾਰ ਲਿਖਿਆ ਜਾਂਦਾ ਆ ਅਤੇ ਉਹਨਾਂ ਨੂੰ ਨਿਭਾਉਂਦੀਆਂ ਨੇਗੀਆਂ, ਹੈ ਨਾ। ਪਰ ਪੰਜਾਬੀ ਇੰਡਸਟਰੀ ਦੇ ਵਿੱਚ ਇਹ ਪਹਿਲੀ ਵਾਰ ਹੋਇਆ, ਤੁਹਾਨੂੰ ਲੱਗਿਆ ਕਿ ਮਤਲਬ ਇਸ ਚੀਜ਼ ਦੀ ਇੰਪੋਰਟੈਂਸ ਫੀਲ ਹੋਈ ਕਿ ਇਸ ਕਿਰਦਾਰ ਦੇ ਲਈ ਤੁਹਾਨੂੰ ਹੀ ਕਿਉਂ ਚੁਣਿਆ ਗਿਆ, ਜਾਂ ਫਿਰ ਇੱਕ ਰਿਸਪੋਂਸੀਬਿਲਿਟੀ ਕਿ ਪਹਿਲੀ ਵਾਰ ਪੰਜਾਬੀ ਇੰਡਸਟਰੀ ਦੇ ਵਿੱਚ ਕੋਈ ਕੁੜੀ ਹੈ ਜਿਹੜਾ ਉਹ ਪੋਲੀਟੀਸ਼ੀਅਨ ਦਾ ਕਿਰਦਾਰ ਨਿਭਾਏਗੀ? ਅੱਜ ਤੱਕ ਕਿਸੇ ਨੇ ਸੋਚਿਆ ਹੀ ਨਹੀਂ ਸੀ ਇਸ ਚੀਜ਼ ਬਾਰੇ, ਕੋਈ ਜਿਹੜੀ ਕੁੜੀ ਆ ਉਹ ਵੀ ਪੋਲੀਟੀਸ਼ੀਅਨ ਦਾ ਕਿਰਦਾਰ ਨਿਭਾ ਸਕਦੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਅਮਰਦੀਪ ਗਿੱਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਕਿ ਉਹਨਾਂ ਨੇ ਇੱਦਾਂ ਦਾ ਕੈਰੈਕਟਰ ਸੋਚਿਆ, ਫਿਰ ਮੈਨੂੰ ਔਫਰ ਕੀਤਾ। ਦੋ ਕੈਰੈਕਟਰ ਦੀ ਲੈਂਥ ਮਤਲਬ ਛੋਟੀ ਹੈ ਫੋਰ ਵਟ ਐਵਰ ਰੀਜ਼ਨਸ। ਅਗਲਾ ਚੈਪਟਰ ਕਹਿੰਦੇ ਜਦੋਂ ਬਣਾਵਾਂਗੇ ਤਾਂ ਇਹਨੂੰ ਕੈਰੈਕਟਰ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ, ਪਰ ਚਲੋ ਬਾਅਦ ਦੀਆਂ ਗੱਲਾਂ। ਬਟ ਰਾਈਟ ਨਾਓ ਮੈਨੂੰ ਜਿੰਨਾ ਕੁ ਵੀ ਮੈਂ ਪਾਰਟ ਮੈਨੂੰ ਕਰਨ ਨੂੰ ਮਿਲਿਆ, ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਾ। ਔਰ ਇਨਫੈਕਟ ਮੈਨੂੰ ਇਹ ਸੀਗਾ ਕਿ ਸ਼ੂਟਿੰਗ ਨਾ ਖਤਮ ਹੋਵੇ, ਆਈ ਸਟਿਲ ਵਾਂਟ ਟੂ ਸਟੇ, ਯੂ ਨੋ, ਪੋਲੀਟੀਸ਼ੀਅਨ ਵਾਲੀ ਫੀਲਿੰਗ, ਇਟਸ ਅਮੇਜ਼ਿੰਗ, ਕਿਉਂਕਿ ਪਹਿਲੀ ਵਾਰੀ ਤੁਹਾਨੂੰ ਐਕਚੁਅਲੀ ਕੋਈ ਮੈਨੂੰ ਉਹ ਕਰਨ ਦਾ ਮੌਕਾ ਮਿਲਿਆ ਜੋ ਮੈਂ ਨਹੀਂ ਹਾਂ ਪੋਲੀਟੀਸ਼ੀਅਨ। ਹੁਣ ਤੱਕ ਜਿੰਨੀਆਂ ਫਿਲਮਸ ਕੀਤੀਆਂ, ਕਿਸੇ ਟੀਚਰ ਪਲੇ ਕਰ ਰਿਹਾ, ਛੋਟੇ ਹੁੰਦੇ ਮੈਂ ਟੀਚਰ ਬਹੁਤ ਘਰੇ ਰੋਲ ਪਲੇ ਕਰਦੀ ਹੁੰਦੀ ਸੀਗੀ, ਖੇਤਾਂ 'ਚ ਡਾਂਸ ਕਰਦੇ, ਰੋਮਾਂਸ ਕਰਦੇ, ਆਲ ਦੈਟ, ਆਈਵ ਡਨ ਇਟ। ਦਿਸ ਵਾਜ਼ ਦਾ ਟਾਈਮ ਮੈਨੂੰ ਇਹ ਲੱਗਦਾ ਸੀਗਾ ਕਿ ਮੈਂ ਇਹ ਰੋਲ 'ਚੋਂ ਬਾਹਰ ਨਹੀਂ ਆਉਣਾ ਚਾਹੁੰਦੀ, ਮੈਂ ਤਾਂ ਹੋਰ ਕਰਾਓ ਕੰਮ ਐਜ਼ ਅ ਪੋਲੀਟੀਸ਼ੀਅਨ ਇਨ ਦਾ ਫਿਲਮ, ਹੈ ਨਾ। ਅਤੇ ਮੈਂ ਬਹੁਤ ਬਹੁਤ ਧੰਨਵਾਦੀ ਉਹਨਾਂ ਦੀ। ਆਈ ਵਿਸ਼ ਰਾਈਟਰਸ ਇਹੋ ਜਿਹੇ ਰੋਲ ਹੋਰ ਲਿਖਣ, ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਸ਼ੇਡਸ, ਤਾਂ ਕਿ ਅਸੀਂ ਵੀ ਆਪਣੀ ਜਿਹੜੀ ਕਲਾ ਆ ਉਹਨੂੰ ਟੈਪ ਕਰਕੇ ਦੇਖੀਏ ਕਿ ਹਾਂ ਸਾਡੇ 'ਚ, ਯੂ ਨੋ, ਇਹ ਚੀਜ਼ ਹੈਗੀ ਆ ਕਿ ਨਹੀਂ, ਕਿੱਥੋਂ ਤੱਕ ਜਾ ਸਕਦੇ ਹਾਂ। ਤੁਹਾਨੂੰ ਲੱਗਦਾ ਕਿ ਹਾਲੇ ਤੱਕ ਜਿਹੜੀਆਂ ਸਾਡੀਆਂ ਫੀਮੇਲ ਆਰਟਿਸਟ ਨੇਗੇ, ਉਹਨਾਂ ਦਾ ਕੈਲੀਬਰ ਉਸ ਤਰੀਕੇ ਦੇ ਨਾਲ ਨਹੀਂ ਵਰਤਿਆ ਗਿਆ ਹੈਗਾ ਜਿੰਨੀ ਉਹਨਾਂ ਦੇ ਅੰਦਰ ਹੈਗਾ ਆ? ਉਹੀ ਗੱਲ ਹੈ ਨਾ, ਕਿਉਂਕਿ ਸਾਨੂੰ ਉਹ ਆਈ ਕੈਂਡੀ ਜਿਹੇ ਰੋਲ ਦਿੱਤੇ ਜਾਂਦੇ ਨੇਗੇ, ਕੋਈ ਹੁੰਦਾ ਜਿੱਦਾਂ ਨਿਧੀ ਸਿੰਘ ਵਰਗੀਆਂ ਫਿਲਮਾਂ ਬਣੀਆਂ ਸੀਗੀਆਂ, ਪਰ ਉਹਨਾਂ ਨੂੰ ਆਡੀਅੰਸ ਸਪੋਰਟ ਨਹੀਂ ਕਰਦੀ ਹੈਗੀ, ਅਤੇ ਉਸ ਤੋਂ ਬਾਅਦ ਫਿਰ ਇੰਡਸਟਰੀ ਆ ਜਿਹੜੀ ਉਹਨਾਂ ਚੀਜ਼ਾਂ 'ਤੇ ਹੀ ਆ ਜਾਂਦੀ ਹੈ ਕਿ ਇਹਨਾਂ ਨੂੰ ਮਤਲਬ ਉਹੀ ਨਾ, ਜਦੋਂ ਹੁਣ ਤੁਸੀਂ ਮੇਰਾ ਕੰਮ ਦੇਖੋ, ਪਿਛਲੀਆਂ 5-6 ਫਿਲਮਸ ਜਿਹੜੀਆਂ ਮੈਂ ਕੀਤੀਆਂ ਔਰ ਜਿਹੜੀਆਂ ਉਸ ਤੋਂ ਪਹਿਲਾਂ ਕਰਦੀਆਂ ਹੀ, ਉਹਦੇ 'ਚ ਉਹ ਆਈ ਕੈਂਡੀ ਟਾਈਪ ਹੀ ਸੀਗਾ। ਹੁਣ ਜਿਹੜੀਆਂ ਮੈਂ ਹੁਣ ਕਾਫੀ ਕੌਨਸ਼ੀਅਸ ਮੇਰਾ ਡਿਸੀਜਨ ਹੋ ਗਿਆ, ਚਾਹੇ ਰੋਲ ਛੋਟਾ ਹੋਵੇ, ਬਟ ਆਈ ਵਿਲ ਡੂ ਸਮਥਿੰਗ ਜਿਹੜਾ ਕੈਰੈਕਟਰ ਕੈਰੈਕਟਰ ਲੱਗੇ ਕਿ ਇਹ ਜਪਜੀ ਨਹੀਂ, ਇਹ ਉਹ ਕੈਰੈਕਟਰ। ਹੁਣ ਜਿੱਦਾਂ ਅਰਦਾਸ ਦੇ ਵਿੱਚ ਨੂੰਹ ਦਾ ਕੈਰੈਕਟਰ ਪਲੇ ਕੀਤਾ ਸੀਗਾ, ਰਾਈਟ, ਐਂਡ ਦੈਨ ਕੁੜਮਾਈਆਂ ਦੇ ਵਿੱਚ ਚਲੋ ਪਿੰਡ ਦੀ ਕੁੜੀ ਸੀ, ਸਨ ਆਫ ਮਨਜੀਤ ਸਿੰਘ ਦੇ ਵਿੱਚ ਡਾਂਸਰ ਪਲੇ ਕੀਤਾ। ਰੋਲ ਦੀ ਲੈਂਥ ਜ਼ਰੂਰ ਛੋਟੀ ਆ, ਬਟ ਕੈਰੈਕਟਰ ਆਈ ਵਾਂਟ, ਨਹੀਂ ਲੰਬੇ ਇੱਦਾਂ ਦੇ ਕੈਰੈਕਟਰ ਲਿਖੇ ਜਾਂਦੇ ਕੁੜੀਆਂ ਲਈ, ਯੂ ਨੋ, ਔਰ ਜੇ ਛੋਟੇ ਵੀ ਲਿਖੇ ਜਾਂਦੇ ਆਈ ਵਾਂਟ ਟੂ ਗ੍ਰੈਬ ਦੈਟ, ਯੂ ਨੋ, ਬਿਕੋਜ਼ ਮੈਨੂੰ ਐਜ਼ ਐਨ ਐਕਟਰ ਆਪਣਾ ਉਹ ਜਿਹੜਾ ਹੁੰਦਾ ਨਾ, ਕੀੜਾ ਜਿਹਾ ਕੱਢਣ ਦਾ ਮੌਕਾ ਮਿਲਦਾ ਹੈ, ਜਿੱਦਾਂ ਹੁਣ ਇਹਦੇ ਵਿੱਚ ਪੋਲੀਟੀਸ਼ੀਅਨ ਦਾ ਕਰਕੇ ਮੈਨੂੰ ਬਹੁਤ ਮਜ਼ਾ ਆਇਆ। ਜਦੋਂ ਤੁਸੀਂ, ਮੈਂ ਸਨ ਆਫ ਮਨਜੀਤ ਸਿੰਘ ਦੀ ਪ੍ਰੈਸ ਕਾਨਫਰੰਸ 'ਤੇ ਤੁਹਾਨੂੰ ਦੇਖਿਆ ਸੀਗਾ ਬਹੁਤ ਸਾਲਾਂ ਦੇ ਮਗਰੋਂ, ਨਾ ਮੈਨੂੰ ਲੱਗਿਆ ਕਿ ਜਬ ਜੀ ਉਹਨਾਂ ਨੇ ਬਹੁਤ ਜ਼ਿਆਦਾ ਵੇਟ ਗੇਨ ਕਰ ਲਿਆ, ਤੁਹਾਨੂੰ ਇਹ ਵੀ ਇੱਕ ਸਾਡੇ ਬਣਿਆ ਹੁੰਦਾ ਫੋਬੀਆ ਕਿ ਉਹ ਨਹੀਂ, ਜੇ ਤੁਸੀਂ ਫਿਲਮਾਂ 'ਚ ਕੰਮ ਕਰਨਾ ਆ ਤਾਂ ਤੁਸੀਂ ਬਹੁਤ ਜ਼ਿਆਦਾ ਲੀਨ ਦਿਸਣੇ ਚਾਹੀਦੇ ਹੋ, ਤੁਸੀਂ ਮਤਲਬ ਹਮੇਸ਼ਾ ਯੰਗ ਦਿਸਣੇ ਚਾਹੀਦੇ ਹੋ, ਅਗਰ ਤੁਸੀਂ 30 ਹੋ ਤਾਂ ਤੁਸੀਂ ਸਟਿਲ 22 ਹੀ ਦਿਸਣੇ ਚਾਹੀਦੇ ਹੋ, ਹੈ ਨਾ, ਇਹ ਪ੍ਰੈਸ਼ਰ ਅਸੀਂ ਲੈ ਕੇ ਚੱਲਦੇ ਹਾਂ ਨਾ। ਫਿਰ ਉਸ ਤੋਂ ਬਾਅਦ ਜਦੋਂ ਰਿਐਕਸ਼ਨਸ ਆਉਂਦੇ ਨੇ, ਤੁਸੀਂ ਲੋਕਾਂ ਨੂੰ ਜੱਜ ਕਰਨਾ ਪਸੰਦ ਨਹੀਂ ਕਰਦੇ, ਪਰ ਜਦੋਂ ਲੋਕ ਤੁਹਾਨੂੰ, ਹਾਂ, ਤੁਹਾਨੂੰ ਜੱਜ ਕਰਦੇ ਨੇਗੇ, ਫਿਰ ਤੁਹਾਨੂੰ, ਤੁਹਾਡਾ ਕੀ ਮਤਲਬ, ਤੁਸੀਂ ਪ੍ਰੈਸ਼ਰ ਲੈਂਦੇ ਹੋ ਇਹਨਾਂ ਚੀਜ਼ਾਂ ਦਾ? ਮੈਨੂੰ ਲੱਗਦਾ ਲੈਂਦੇ ਤਾਂ ਨਹੀਂ ਹੋਵੋਗੇ, ਪਰ ਕੀ ਰਿਐਕਸ਼ਨ ਹੁੰਦਾ ਤੁਹਾਡਾ? ਨਹੀਂ, ਆਫਟਰ ਆਲ ਆਈ ਐਮ ਅ ਹਿਊਮਨ ਬੀਇੰਗ ਐਜ਼ ਵੈਲ, ਕਿਤੇ ਨਾ ਕਿਤੇ ਕੁਛ ਪਰਸੈਂਟ ਆ ਜਾਂਦਾ, ਇਹ ਨਹੀਂ ਕਿ ਚਲੋ ਮੈਂ 100% ਲੈਂਦੀ ਹੋਊਂਗੀ, ਕਿਤੇ ਨਾ ਕਿਤੇ ਕੁਛ ਪਰਸੈਂਟ ਆ ਜਾਂਦੀ ਹੈ ਚੀਜ਼ ਇੱਧਰੋਂ, ਯੂ ਨੋ, ਸੁਣੀ ਦੀਆਂ। ਬਟ ਹਾਂ, ਜਦੋਂ ਕੋਈ ਕਹਿੰਦਾ ਆ ਤਾਂ ਫਿਰ ਬਹੁਤ ਸਾਰੇ ਰੀਜ਼ਨਸ ਹੁੰਦੇ ਨੇ, ਪੀਪਲ ਪੁੱਟ ਔਨ ਵੇਟ, ਦੇ ਕੁਡ ਬੀ, ਇਟ ਕੁਡ ਬੀ ਬਿਕੋਜ਼ ਮੇ ਬੀ ਕੋਈ ਹੈਲਥ ਪ੍ਰੋਬਲਮ ਹੋਵੇ, ਯੂ ਨੋ, ਕੋਈ ਮੇ ਬੀ ਫਿਜ਼ੀਕਲੀ ਉਹ, ਮੈਂਟਲੀ ਉਹ, ਬਹੁਤ ਸਾਰੇ ਰੀਜ਼ਨਸ ਨੇ। ਬਟ ਬੀਇੰਗ ਇਨ ਦਾ ਇੰਡਸਟਰੀ, ਹੈ ਨਾ, ਉਹੀ ਗੱਲ, ਗਲੈਮਰਸ ਇੰਡਸਟਰੀ ਆ, ਲੋਕ ਜੱਜ ਕਰਦੇ ਨੇ ਤੁਹਾਨੂੰ, ਬਟ ਪੰਜਾਬੀ ਦੇ ਵਿੱਚ ਅਜੇ ਮੈਨੂੰ ਲੱਗਦਾ ਨਹੀਂ ਇੰਨਾ ਇੰਨਾ ਆਇਆ, ਹੈ ਨਾ, ਪੰਜਾਬੀ ਇੰਡਸਟਰੀ ਦੇ ਵਿੱਚ। ਆਈ ਐਮ ਸੋਰੀ, ਆਈ ਡੋਂਟ ਥਿੰਕ, ਮੈਨੂੰ ਤਾਂ ਨਹੀਂ ਲੱਗਦਾ ਆਇਆ। ਬਟ ਯੈਸ, ਬੋਲੀਵੁੱਡ ਦੇ ਵਿੱਚ ਯੈਸ, ਇਟ ਇਜ਼ ਦੇਅਰ, ਬਿਕੋਜ਼ ਇਟਸ ਅਪ ਦੇਅਰ, ਯੂ ਵਾਂਟ ਟੂ ਸੀ
ਪਰਫੈਕਸ਼ਨ ਹੈ ਨਾ, ਉਹ ਤਾਂ ਖੈਰ ਆਪਣੇ ਨਾਲੋਂ ਕਿਤੇ ਅੱਗੇ ਸਿਨੇਮਾ ਹੈਗਾ ਆ। ਸਾਊਥ ਦੇ ਵਿੱਚ ਦੇ ਵਾਂਟ ਚਬੀ ਗਰਲਸ ਹੈ ਨਾ, ਪੰਜਾਬੀ ਇੰਡਸਟਰੀ ਦੇ ਵਿੱਚ ਹੀਰੋ ਦੀ ਆਪਣੀ ਪਰਸਨਲ ਚੋਇਸ ਹੋਏ ਤਾਂ ਮੈਂ ਕਹਿ ਨਹੀਂ ਸਕਦੀ ਕਿ ਮੈਨੂੰ ਇੱਦਾਂ ਦੀ ਕੁੜੀ ਚਾਹੀਦੀ ਹੈ, ਇੱਦਾਂ ਦੀ ਹੀਰੋਇਨ ਚਾਹੀਦੀ ਹੈ। ਬਟ ਅਦਰ ਦੈਨ ਦੈਟ, ਯੈਸ, ਵੀ ਆਰ ਵੈਰੀ ਕੁਇਕ ਟੂ ਜੱਜ ਕਿ ਯਾਰ ਇਹ ਮੋਟੀ ਹੋ ਗਈ ਹੈ ਜਾਂ ਇਹ ਪਤਲੀ ਹੋ ਗਈ ਆ, ਯੂ ਨੋ, ਵੀ ਆਰ ਵੈਰੀ ਕੁਇਕ ਟੂ ਜੱਜ, ਵੀ ਆਰ ਵੈਰੀ ਜੱਜਮੈਂਟਲ। ਬਟ ਆਪਣੀ ਆਪਣੀ, ਯੂ ਨੋ, ਐਵਰੀ ਵਨ ਇਜ਼ ਇੰਟਾਈਟਲਡ ਟੂ ਹੈਵ ਐਨ ਓਪੀਨੀਅਨ, ਕਿਸੇ ਨੂੰ ਲੱਗਦਾ ਆ, ਕਿਸੇ ਨੂੰ ਨਹੀਂ ਲੱਗਦਾ। 2020 ਦੀ ਇਹ ਸਟਾਰਟਿੰਗ ਹੈ, 6 ਮਾਰਚ ਨੂੰ ਤੁਹਾਡੀ ਜੋਰਾ ਆ ਰਹੀ ਹੈ, ਅਤੇ 2020 ਦੇ ਵਿੱਚ ਹੋਰ ਕੀ ਫਿਲਮਸ ਆ ਰਹੀਆਂ ਨੇ ਜਾਂ ਵੈਬ ਸੀਰੀਜ਼ ਦਾ ਤੁਸੀਂ ਪਾਰਟ ਬਣਨ ਜਾ ਰਹੇ ਹੋ? ਆਈ ਥਿੰਕ ਦਿਸ ਇਜ਼ ਪ੍ਰੋਬਲੀ ਨੋਟ ਦ ਰਾਈਟ, ਓ ਮੇ ਬੀ ਟੂ ਅਰਲੀ ਟੂ ਕਮੈਂਟ ਔਨ ਐਨੀ ਆਫ ਦ ਪ੍ਰੋਜੈਕਟਸ ਦੈਟ ਆਈ ਵਿਲ ਬੀ ਪਾਰਟ ਆਫ ਇਨ ਦ ਫਿਊਚਰ। ਫਿਲਹਾਲ ਤਾਂ ਜੋਰਾ ਆ ਰਹੀ ਹੈ, 6 ਨੂੰ ਇਹਦੀ ਹੈਗੀ ਆ ਰਿਲੀਜ਼ ਡੇਟ ਆ, ਤੋ ਫਿਲਹਾਲ ਤਾਂ ਇਹੀ ਆ। ਬਾਕੀ ਜਦੋਂ ਟਾਈਮ ਆਏਗਾ ਫਿਰ ਉਹ ਪ੍ਰੋਡਿਊਸਰਸ ਵਗੈਰਾ ਆਪੇ ਓਫਿਸ਼ਲੀ ਅਨਾਊਂਸ ਕਰ ਦੇਣਗੇ। 2019 ਲੰਘ ਕੇ ਗਿਆ, ਇਹ ਸਾਲ ਉਹ ਸਾਲ ਸੀਗਾ ਜਦੋਂ ਅਸੀਂ ਮੋਸਟ ਆਫ ਦੀ ਫਲੋਪ ਫਿਲਮਸ ਦਿੱਤੀਆਂ ਨੇਗੀਆਂ। 60-65 ਦੀ ਕਰੀਬ ਫਿਲਮਾਂ ਬਣੀਆਂ ਜਿਹਦੇ ਵਿੱਚੋਂ ਅੱਧੇ ਤੋਂ ਜ਼ਿਆਦਾ ਫਿਲਮਾਂ ਜਿਹੜੀਆਂ ਉਹ ਫਲੋਪ ਰਹੀਆਂ। ਅਤੇ ਤੁਹਾਡੇ ਬਾਰੇ ਵੀ ਇਹ ਸੁਣਨ ਨੂੰ ਆਇਆ ਕਿ ਜੋ ਇੰਡਸਟਰੀ ਦੇ ਵਿੱਚ ਇਸ ਟਾਈਮ ਬਣ ਰਿਹਾ ਵਾ ਕਿ ਜਪਜੀ ਨੂੰ ਬਹੁਤ ਜ਼ਿਆਦਾ ਪਸੰਦ ਨਹੀਂ ਹੈ, ਤੁਸੀਂ ਕਿੱਦਾਂ ਦਾ ਸਿਨੇਮਾ ਚਾਹੁੰਦੇ ਹੋ? ਜੋ ਬਣ ਰਿਹਾ ਉਹ ਮੈਨੂੰ ਪਸੰਦ ਨਹੀਂ ਹੈ, ਪਰ ਮੇਰੀ ਪਸੰਦ ਨਾਲ ਕੀ ਹੁੰਦਾ, ਗਲਤ ਹੈਗਾ ਲੋਕਾਂ ਨੂੰ ਪਸੰਦ ਹੈਗਾ ਕਿ ਨਹੀਂ ਹੈਗਾ, ਯੂ ਨੋ, ਮੈਂ ਤਾਂ ਇੰਨੀਆਂ ਟਿਕਟਾਂ ਜਾ ਕੇ ਨਹੀਂ ਖਰੀਦਣੀ ਹਾਂ, ਮੈਂ ਤਾਂ ਆਪਣੀ ਇੱਕ ਲੈ ਕੇ ਆਪਣੇ ਪਰਿਵਾਰ ਦੀ ਲੈ ਕੇ ਬੈਠ ਜਾਊਂਗੀ, ਬਟ ਗੱਲ ਤਾਂ ਉਹਨਾਂ ਨੂੰ ਕੀ ਪਸੰਦ ਹੈਗਾ। ਇਹ ਹੈਗਾ ਕਿ ਅੱਜ ਅਸੀਂ ਤੁਹਾਨੂੰ ਇੰਟਰਵਿਊ ਕਰਨਲੀ, ਬਿਕੋਜ਼ ਮੈਂ ਇਹ ਜ਼ਰੂਰ ਕਿਹਾ ਹੋ ਸਕਦਾ ਕਿ ਕਰਨਲੀ, ਲਾਈਕ ਐਜ਼ ਅ ਕੈਰੈਕਟਰ, ਅਗਰ ਮੈਂ ਐਜ਼ ਐਨ ਐਕਟਰ ਮੈਂ ਫਿਲਮ 'ਚ ਕੰਮ ਕਰਨਾ ਹੋਏ ਤਾਂ ਸ਼ਾਇਦ ਜ਼ਿਆਦਾ ਵਰਾਇਟੀ ਨਹੀਂ ਹੈਗੀ, ਯੂ ਨੋ, ਕੈਰੈਕਟਰਸ ਚੂਜ਼ ਕਰਨ ਲਈ। ਬਟ ਆਡੀਅੰਸ ਜਾ ਕੇ ਦੇਖੇ, ਉਹਨਾਂ ਨੂੰ ਜੇ ਪਸੰਦ ਆ ਰਿਹਾ, ਉਹਨਾਂ ਨੇ ਐਂਡ ਆਫ ਦਾ ਡੇ ਜਾ ਕੇ ਫਿਲਮ ਦੇਖਣੀ ਆ, ਉਹਨਾਂ ਨੂੰ ਠੀਕ ਲੱਗਦਾ। ਤੁਸੀਂ ਕੀ ਚਾਹੁੰਦੇ ਹੋ ਕਿ ਕਿੱਦਾਂ ਦਾ ਸਿਨੇਮਾ ਬਣਨਾ ਚਾਹੀਦਾ ਆ? ਹਰ ਤਰ੍ਹਾਂ ਦਾ ਸਿਨੇਮਾ ਹੋਣਾ ਚਾਹੀਦਾ, ਨੋਟ ਜਸਟ ਵਨ ਟਾਈਪ ਆਫ, ਲਾਈਕ ਨੋਟ ਜਸਟ ਕਾਮੇਡੀ, ਨੋਟ ਜਸਟ ਐਕਸ਼ਨ, ਨੋਟ ਜਸਟ ਰੋਮੈਂਸ, ਹਰ ਤਰ੍ਹਾਂ ਦਾ ਸਿਨੇਮਾ ਹੋਣਾ ਚਾਹੀਦਾ, ਕਿਉਂਕਿ ਹਰ ਤਰ੍ਹਾਂ ਦੇ ਲੋਕ ਆ। ਤੁਹਾਨੂੰ ਹੋ ਸਕਦਾ ਰੋਮੈਂਸ ਪਸੰਦ ਹੋਵੇ, ਮੈਨੂੰ ਐਕਸ਼ਨ ਮੂਵੀਜ਼ ਪਸੰਦ ਹੋਣ, ਇਹਨਾਂ ਨੂੰ, ਯੂ ਨੋ, ਹੋਰਰ ਮੂਵੀਜ਼ ਪਸੰਦ, ਹਰ ਤਰ੍ਹਾਂ ਦਾ ਸਿਨੇਮਾ ਹਰ ਬੰਦੇ ਲਈ ਬਣਨਾ ਚਾਹੀਦਾ ਆ। ਇਟਸ ਜਸਟ ਕਿ ਆਪਣਾ ਜੇ ਥੋੜ੍ਹਾ ਦਾਇਰਾ ਜਿਹੜਾ ਉਹ ਥੋੜ੍ਹਾ, ਯੂ ਨੋ, ਆਪਸ ਲਿਮਿਟਿਡ ਆ, ਤਾਂ ਜਦੋਂ ਟਾਈਮ ਆਇਆ ਖੁੱਲ੍ਹੇਗਾ, ਔਰ ਆਈ ਐਮ ਸ਼ੋਰ ਲੋਕ ਰਿਸਪੋਂਸ ਕਰਨਗੇ, ਕਿਉਂਕਿ ਹਰ ਤਰ੍ਹਾਂ ਦੇ ਲੋਕ ਬੈਠੇ ਨੇ, ਹਰ ਤਰ੍ਹਾਂ ਦਾ ਸਿਨੇਮਾ ਦੇਖਣ ਵਾਲੇ ਲੋਕ ਬੈਠੇ ਨੇ। ਸੋ ਇਵੈਂਚੁਅਲੀ ਆਈ ਥਿੰਕ ਉਹ ਟਾਈਮ ਆਏਗਾ। ਲਾਸਟ ਵਾਲਾ, ਕਿ ਜਦੋਂ ਤੁਸੀਂ 4 ਸਾਲਾਂ ਤੋਂ ਬਾਅਦ ਆ ਕੇ ਫਿਲਮ ਕੀਤੀ ਇੰਡਸਟਰੀ ਦੇ ਵਿੱਚ, ਮੈਂ ਤਾਂ ਨਹੀਂ ਕਹੂੰਗੀ ਕਿ ਕਮ ਬੈਕ ਕੀਤਾ ਜਾਂ ਤੁਸੀਂ ਕਿਹਾ, ਜੀ ਜੀ, ਜਦੋਂ ਤੁਸੀਂ 4 ਸਾਲਾਂ ਤੋਂ ਬਾਅਦ ਆ ਕੇ ਪੰਜਾਬੀ ਫਿਲਮ ਕੀਤੀ ਆ, ਤਾਂ ਤੁਹਾਨੂੰ ਉਹਨਾਂ 4 ਸਾਲਾਂ ਦਾ ਕੀ ਲੱਗਿਆ ਕਿ ਇੰਡਸਟਰੀ ਦਾ ਮੇਕਿੰਗ ਸਟਾਈਲ ਕਿੱਦਾਂ ਦਾ ਹੋ ਗਿਆ ਜਾਂ ਕੀ ਡਿਫਰੈਂਸ ਤੁਹਾਨੂੰ ਲੱਗਿਆ? ਇੱਕ 4 ਸਾਲ ਪਹਿਲਾਂ ਤੁਸੀਂ 2014 'ਚ ਫਿਲਮ ਸ਼ੂਟ ਕੀਤੀ, ਇੱਕ 2018 'ਚ ਜਦੋਂ ਤੁਸੀਂ ਆ ਕੇ ਫਿਲਮਾਂ ਸ਼ੂਟ ਕਰਦੇ ਹੋ, ਤੁਹਾਨੂੰ ਕੀ ਲੱਗਿਆ ਕਿ ਇਹਨਾਂ 4 ਸਾਲਾਂ ਦੇ ਵਿੱਚ ਕੀ ਗਰੋਥ ਹੋਈ ਹੈ ਇੰਡਸਟਰੀ ਦੀ? ਪੋਜ਼ਿਟਿਵ ਐਂਡ ਨੈਗੇਟਿਵ ਦੋਨੋਂ ਦੱਸਾਂ ਜਾਂ ਇਕੱਲਾ ਪੋਜ਼ਿਟਿਵ? ਬਹੁਤ ਗਰੋਥ ਹੈਗੀ ਆ। ਸੀ, ਪੋਜ਼ਿਟਿਵ ਤਾਂ ਇਹ ਆ ਕਿ ਆਡੀਅੰਸ, ਯੂ ਨੋ, ਵੱਧ ਗਈ ਆ, ਪੰਜਾਬੀ ਸਿਨੇਮਾ ਨੂੰ ਲੈ ਕੇ ਅਵੇਅਰਨੈਸ ਵੱਧ ਗਈ ਆ। ਤੁਸੀਂ ਕਿਸੇ, ਯੂ ਨੋ, ਆਸਟ੍ਰੇਲੀਆ 'ਚ ਕਿਸੇ ਕਲੱਬ 'ਚ ਜਾਂਦੇ, ਉੱਥੇ ਵੀ ਪੰਜਾਬੀ ਗਾਣੇ ਦਾ ਟੱਚ ਹੁੰਦਾ, ਪੰਜਾਬੀ ਗਾਣੇ ਵੱਜਦੇ ਨੇ। ਸੋ ਇਹ ਚੀਜ਼ਾਂ ਨੇ ਆਪਣੀ ਜਿਹੜੀ ਇੰਡਸਟਰੀ ਆ ਕਾਫੀ ਗਰੋ ਕਰ ਰਹੀ ਆ। ਬਟ ਪ੍ਰੋਡਿਊਸਰਸ ਰਿਪੀਟ ਨਹੀਂ ਹੋ ਰਹੇ, ਯੂ ਨੋ, ਜਦੋਂ ਪ੍ਰੋਡਿਊਸਰਸ ਰਿਪੀਟ ਹੋਣੇ ਸ਼ੁਰੂ ਹੋ ਗਏ, ਆਈ ਥਿੰਕ ਉਦੋਂ ਸਿਨੇਮਾ ਹੋਰ ਨੈਕਸਟ ਲੈਵਲ 'ਤੇ ਜਾਏਗਾ। ਇਟਸ ਜਸਟ ਵਨ ਟਾਈਮ ਪ੍ਰੋਡਿਊਸਰ ਆਉਂਦਾ, ਪੈਸਾ ਲਾਉਂਦਾ, ਗਵਾ ਕੇ ਨਹੀਂ ਆਉਂਦਾ ਦੁਬਾਰਾ, ਰਾਈਟ? ਕਿਉਂ ਆਏਗਾ, ਮੈਂ ਵੀ ਨਹੀਂ ਆਊਂਗੀ। ਸੋ ਜਿਹੜੇ ਗਿਣੇ ਚੁਣਵੇ ਜੇ 3-4 ਪ੍ਰੋਡਿਊਸਰਸ ਨੇ ਜਿਹੜੇ ਫਿਲਮਾਂ ਬਣਾਉਂਦੇ ਨੇ, ਬਿਗ ਫਿਲਮ ਮੇਕਰਸ, ਉਹੀ ਮੇ ਬੀ ਦੇ ਨੋ ਹਾਊ ਟੂ ਡੂ ਦਾ ਬਿਜ਼ਨਸ, ਰਾਈਟ? ਅਤੇ ਜਾਂ ਉਹਨਾਂ ਦਾ ਪੈਸ਼ਨ ਹੋਏਗਾ ਵੀ, ਹੋ ਸਕਦਾ ਕਿ ਉਹ ਦੇ ਆਰ ਸਟਿਲ ਇਨ ਦਾ ਇੰਡਸਟਰੀ। ਸੋ ਦੈਟਸ ਦ ਥਿੰਗ। ਔਰ ਨੈਗੇਟਿਵ, ਆਈ ਥਿੰਕ ਕਿ ਮੈਂ ਜਦੋਂ ਆਈ ਸੀ ਇੰਡਸਟਰੀ 'ਚ, ਔਰ ਵਿੱਚ ਜਿਹੜਾ ਟਾਈਮ ਇੰਨਾ ਕੰਮ ਕੀਤਾ, ਜਿਹੜੀ ਐਕਸਪਲੋਇਟੇਸ਼ਨ ਹੁੰਦੀ ਆ ਕੁੜੀਆਂ ਨੂੰ ਲੈ ਕੇ, ਇਹ ਨਹੀਂ ਸੀਗੀ। ਹੁਣ ਮੈਨੂੰ ਲੱਗਦਾ ਕਿ ਹੋਣੀ ਸ਼ੁਰੂ ਹੋ ਗਈ, ਔਰ ਮੈਨੂੰ ਇਹ, ਮੈਂ ਆਈ ਵਿਲ ਯੂਜ਼ ਇਸ ਪਲੈਟਫਾਰਮ ਕਿ ਜਿੰਨੀਆਂ ਵੀ ਮੇਰੀਆਂ ਭੈਣਾਂ ਆਉਂਦੀਆਂ ਫਿਲਮ ਇੰਡਸਟਰੀ ਦੇ ਵਿੱਚ, ਪਲੀਜ਼, ਇਹ ਤੁਹਾਡੇ 'ਤੇ ਡਿਪੈਂਡ ਕਰਦਾ, ਕਿਉਂਕਿ ਗੰਦ ਪੈਣਾ ਸ਼ੁਰੂ ਹੋ ਗਿਆ, ਟੂ ਬੀ ਓਨੈਸਟ। ਕੁਛ ਦਿਨ ਪਹਿਲਾਂ ਹੀ, ਆਈ ਵਾਂਟ ਸੇ, ਕੁਛ ਦਿਨ ਪਹਿਲਾਂ ਹੀ ਆਈ ਵੁੱਡ ਲਾਈਕ ਟੂ ਸੇ ਕਿ ਮੈਨੂੰ ਇੱਕ ਝਟਕਾ ਮਿਲਿਆ, ਮੈਨੂੰ, ਮੈਂ ਇਹ ਕਹਿਣਾ ਚਾਹਾਂਗੀ ਕਿ ਬੀ ਕੇਅਰਫੁਲ, ਗੰਦ ਪੈਣਾ ਸ਼ੁਰੂ ਹੋ ਗਿਆ, ਇਹ ਆਪਣੇ ਹੱਥ ਦੇ ਵਿੱਚ ਆ ਕਿ ਬਾਕੀ ਬੋਲੀਵੁੱਡ ਇੰਡਸਟਰੀ ਦੀ ਤਰ੍ਹਾਂ ਆਪਾਂ ਜਦੋਂ ਟੂ ਲੇਟ ਹੋ ਗਿਆ ਉਦੋਂ ਮੀ ਟੂ ਮੂਵਮੈਂਟ ਆ ਚਲਾਵਾਂਗੇ, ਉਹਦੇ ਨਾਲੋਂ ਚੰਗਾ ਆ ਕਿ ਮੇਰੇ ਭੈਣੋ ਆਪਣੇ ਪੈਸ਼ਨ ਨੂੰ
ਇੱਕ ਸਾਈਡ 'ਤੇ ਰੱਖ ਕੇ ਐਂਡ ਆਪਣੀ ਇੱਜ਼ਤ ਲਾਈਕ ਜੇ ਦੋਨੋਂ ਚੀਜ਼ਾਂ ਹੋਣ ਤਾਂ ਇਟਸ ਆਈ ਥਿੰਕ ਅ ਗ੍ਰੇਟ ਕੋਂਬੀਨੇਸ਼ਨ ਯੂ ਡੋਂਟ ਹੈਵ ਟੂ ਕੰਪਰੋਮਾਈਜ਼ ਸਾਨੂੰ ਕੰਪਰੋਮਾਈਜ਼ ਕਰਨ ਦੀ ਲੋੜ ਨਹੀਂ ਆ ਫਿਲਮਾਂ ਪਾਉਣ ਲਈ ਰਾਈਟ ਅਗਰ ਤੁਹਾਡੇ 'ਚ ਦਮ ਹੈਗਾ ਤਾਂ ਤੁਹਾਨੂੰ ਆਪਣੇ ਆਪ ਹੀ ਮਿਲ ਜਾਣਗੀਆਂ ਬਟ ਜਦੋਂ ਕਈ ਕੁੜੀਆਂ ਆਈ ਡੋਂਟ ਨੋ ਉਹਨਾਂ ਦੇ ਸਰਕਮਸਟਾਂਸਿਸ ਇੱਦਾਂ ਦੇ ਹੁੰਦੇ ਆ ਜਾਂ ਬਹੁਤ ਜ਼ਿਆਦਾ ਡੈਸਪਰੇਟ ਹੁੰਦੀ ਆ ਮੈਨੂੰ ਨਹੀਂ ਪਤਾ ਉਹ ਇੱਦਾਂ ਦੇ ਸਟੈਪਸ ਚੱਕ ਲੈਂਦੀਆਂ ਉਹਦੇ ਨਾਲ ਇੰਡਸਟਰੀ 'ਚ ਗੰਦ ਪੈਣਾ ਸ਼ੁਰੂ ਹੋ ਜਾਂਦਾ ਰਾਈਟ ਐਂਡ ਆਈ ਐਮ ਬੀਂਗ ਵੈਰੀ ਵੋਕਲ ਅਬਾਊਟ ਇਟ ਬਿਕੋਜ਼ ਆਈ ਥਿੰਕ ਜ਼ਰੂਰਤ ਹੈਗੀ ਆ ਕਿਉਂਕਿ ਮੈਨੂੰ ਇਸ ਇੰਡਸਟਰੀ 'ਚ ਮੈਂ ਵੀ ਕੰਮ ਕਰਨਾ ਔਰ ਮੈਂ ਪਹਿਲਾਂ ਵਾਲੀ ਸਾਫ਼ ਇੰਡਸਟਰੀ ਵੀ ਵੇਖੀ ਆ ਅਤੇ ਹੁਣ ਵੀ ਦੇਖ ਰਹੀ ਹਾਂ ਜਿਸ 'ਚ ਥੋੜ੍ਹਾ ਥੋੜ੍ਹਾ ਗੰਦ ਪੈਣਾ ਸ਼ੁਰੂ ਹੋ ਗਿਆ ਔਰ ਇਹ ਆਈ ਥਿੰਕ ਕੁੜੀਆਂ ਹੀ ਆਪਣੇ ਆਪ 'ਚ ਅਗਰ ਇਸ ਚੀਜ਼ 'ਤੇ ਇੰਟਰਸਪੈਕਟ ਕਰਨ ਅਤੇ ਕੁਛ ਅੱਗੇ ਜਾ ਕੇ ਆਉਣ ਵਾਲੀ ਫਿਊਚਰ ਜਨਰੇਸ਼ਨ 'ਚ ਜਿਨ੍ਹਾਂ ਨੇ ਐਕਟਰ ਬਣਨਾ ਆ ਉਹਨਾਂ ਲਈ ਗੰਦੀ ਇੰਡਸਟਰੀ ਨਹੀਂ ਐਟਲੀਸਟ ਆਪਾਂ ਨੂੰ ਛੱਡ ਕੇ ਜਾਣੀ ਚਾਹੀਦੀ ਮੈਨੂੰ ਇਹ ਲੱਗਦਾ ਆ ਉਹਨਾਂ ਲਈ ਬਹੁਤ ਡਿਫੀਕਲਟ ਹੋ ਜਾਏਗਾ ਬਾਅਦ 'ਚੋਂ ਮੂਵਮੈਂਟਸ ਚਲਾਉਂਦੇ ਫਿਰਾਂਗੇ ਹੈਸ਼ਟੈਗ ਕਰਦੇ ਫਿਰਾਂਗੇ ਆਪਣੇ ਰਾਈਟਸ ਮੰਗਦੇ ਫਿਰਾਂਗੇ ਉਹਦੇ ਨਾਲ ਹੁਣ ਹੀ ਬੀ ਕੇਅਰਫੁਲ ਹੋ ਜਾਈਏ ਆਪਾਂ ਪਰ ਤੁਹਾਨੂੰ ਲੱਗਦਾ ਕਿ ਸਾਡੀ ਜਿਹੜੀਆਂ ਮਤਲਬ ਅਸੀਂ ਪੰਜਾਬੀ ਕੁੜੀਆਂ ਸਾਡੇ 'ਚ ਮੈਂ ਪਰਸਨਲੀ ਨਹੀਂ ਗੱਲ ਕਰਨਾ ਚਾਹੂੰਗੀ ਵੀ ਸਾਡੇ 'ਚ ਉਨੇ ਗੱਟਸ ਹੁੰਦੇ ਨੇ ਕਿ ਅਗਰ ਸਾਡੇ ਨਾਲ ਕੁਛ ਗਲਤ ਹੋ ਵੀ ਰਿਹਾ ਕਿਉਂਕਿ ਜਦੋਂ ਮੀਨ ਟੂ ਲਹਿਰ ਚੱਲੀ ਸੀ ਉਹ ਸਾਡੇ ਲਈ ਬਹੁਤ ਵੱਡਾ ਮੌਕਾ ਸੀਗਾ ਆਪਣੀ ਗੱਲ ਕਹਿਣ ਦਾ ਪਰ ਪੰਜਾਬੀ ਇੰਡਸਟਰੀ ਤੋਂ ਇੱਕ ਵੀ ਹੈਸ਼ਟੈਗ ਮੀਟੂ ਦਾ ਨਹੀਂ ਆਇਆ ਹੈਗਾ ਇੱਕ ਵੀ ਹੈਸ਼ਟੈਗ ਮੀਟੂ ਦਾ ਨਹੀਂ ਆਇਆ ਸ਼ਾਇਦ ਜਾਂ ਤਾਂ ਇਹ ਸਕਦਾ ਕਿ ਹੋਇਆ ਨਾ ਹੋਵੇ ਇੱਦਾਂ ਦਾ ਕੁਛ ਇਟਸ ਨੋਟ ਪੋਸੀਬਲ ਨੋਟ ਪੋਸੀਬਲ ਹੋ ਹੀ ਨਹੀਂ ਸਕਦਾ ਜਾਂ ਫਿਰ ਇਹ ਹੋ ਸਕਦਾ ਕਿ ਕੰਮ ਚਾਹੀਦਾ ਅਤੇ ਜੇ ਅੱਜ ਬੋਲ ਤਾਂ ਕੱਲ੍ਹ ਨੂੰ ਸ਼ਾਇਦ ਕੰਮ ਨਾ ਮਿਲੇ ਠੀਕ ਆ ਕਿਉਂਕਿ ਇਹਨਾਂ ਲੋਕਾਂ 'ਚ ਰਹਿ ਕੇ ਤਾਂ ਕੰਮ ਕਰਨਾ ਆ ਰਾਈਟ ਜਾਂ ਫਿਰ ਇਹ ਹੋ ਸਕਦਾ ਬਹੁਤ ਸਾਰੇ ਸਿਨਾਰੀਓਜ਼ ਹੋ ਸਕਦੇ ਉਹੀ ਮੈਂ ਗੱਲ ਕਹੀ ਨਾ ਕਿ ਕੁੜੀਆਂ ਦੀ ਸਰਕਮਸਟੈਂਸਿਸ 'ਤੇ ਡਿਪੈਂਡ ਕਰਦਾ ਆਪਾਂ ਉਹਨਾਂ 'ਤੇ ਇਹ ਨਹੀਂ ਪੁਆਇੰਟ ਕਰ ਸਕਦੇ ਕਿ ਬਟ ਅਗੇਨ ਯੂ ਨੋ ਇਹ ਚੋਇਸ ਤੁਹਾਡੀ ਆ ਜ਼ਮੀਨ ਮਾਰ ਕੇ ਇਹੋ ਜਿਹਾ ਕੰਮ ਕਰਨ ਦਾ ਕੀ ਫਾਇਦਾ ਜਿਹੜਾ ਬਾਅਦ 'ਚੋਂ ਸ਼ੀਸ਼ੇ 'ਚ ਤੁਸੀਂ ਆਪਣੀ ਸ਼ਕਲ ਨਾ ਵੇਖ ਸਕੋ ਯੂ ਨੋ ਵਾਟ ਆਈ ਮੀਨ ਇਹੋ ਜਿਹਾ ਐਡਾ ਵੀ ਕੀ ਐਡਾ ਯੂ ਨੋ ਘੈਂਟ ਕੰਮ ਕਰਨ ਜਾ ਰਹੇ ਹੋ ਤੁਸੀਂ ਵੀ ਇੱਕ ਪਾਸੇ ਤੋਂ ਤੁਸੀਂ ਗਲਤ ਕਰ ਰਹੇ ਹੋ ਔਰ ਦੂਜੇ ਪਾਸੇ ਯੂ ਵਾਂਟ ਟੂ ਬੀ ਫੇਮਸ ਇਨ ਪੀਪਲਸ ਆਈਜ਼ ਕਿ ਮੈਨੂੰ ਫਿਲਮਾਂ ਮਿਲ ਰਹੀਆਂ ਜਾਂ ਦਿਸ ਐਂਡ ਦੈਟ ਤੋ ਆਈ ਥਿੰਕ ਹਰ ਇੱਕ ਬੰਦੇ ਦਾ ਇਹ ਆਪਣਾ ਪਰਸਨਲ ਡਿਸੀਜਨ ਆ ਬਟ ਮੈਂ ਕਹਾਂਗੀ ਐਜ਼ ਆ ਹੋਲ ਐਜ਼ ਆ ਫਿਲਮੀ ਫੈਮਿਲੀ ਮੈਂ ਇਹੀ ਰਿਕੁਐਸਟ ਕਰਦੀ ਹਾਂ ਕਿ ਜਿਹੜੀਆਂ ਕਿਸੇ ਕੁੜੀ ਨੂੰ ਕੋਈ ਪ੍ਰੋਬਲਮ ਆਉਂਦੀ ਆ ਆਈ ਵਿਸ਼ ਮੈਂ ਇੱਦਾਂ ਦਾ ਕੁਛ ਸ਼ੁਰੂ ਕਰ ਸਕਾਂ ਮੇਰੇ ਦਿਮਾਗ 'ਚ ਗੱਲ ਚੱਲ ਰਹੀ ਹੈ ਕਿ ਉਹਨਾਂ ਕੁੜੀਆਂ ਵਾਸਤੇ ਜਿਹੜੀਆਂ ਨਵੀਆਂ ਆਉਂਦੀਆਂ ਔਰ ਉਹਨਾਂ ਦਾ ਮਾੜਾ ਹੁੰਦਾ ਆ ਔਰ ਬੋਲ ਕੇ ਕਿਸੇ ਨੂੰ ਦੱਸ ਨਹੀਂ ਸਕਦੀਆਂ ਇਸ ਡਰ ਕਰਕੇ ਕਿ ਸ਼ਾਇਦ ਸਾਨੂੰ ਫਿਲਮ 'ਚੋਂ ਨਾ ਕੱਢ ਦੇਣੀ ਆ ਇਸ ਡਰ ਕਰਕੇ ਕਿ ਸਾਨੂੰ ਸ਼ਾਇਦ ਦੁਬਾਰਾ ਕੰਮ ਨਾ ਮਿਲੇ ਇੰਡਸਟਰੀ ਦੇ ਵਿੱਚ ਆਈ ਵਾਂਟ ਟੂ ਸਟਾਰਟ ਅਪ ਸਮਥਿੰਗ ਲਾਈਕ ਦੈਟ ਐਂਡ ਉਹ ਲੋਕ ਕੇਅਰਫੁਲ ਹੋ ਜਾਣ ਜਿਹੜੇ ਇਹੋ ਜਿਹਾ ਗੰਦ ਪਾ ਰਹੇ ਆ ਸਵਾਲ ਵੱਧਦੇ ਜਾ ਰਹੇ ਨੇ ਕਿ ਜਿੱਦਾਂ ਬੋਂਬੇ ਦੇ ਵਿੱਚ ਸਿੰਟਾ ਹੈਗੇ ਤੁਸੀਂ ਆਰਟਿਸਟ ਉੱਥੇ ਜਾ ਸਕਦਾ ਆ ਨਾ ਅਗਰ ਤੁਹਾਨੂੰ ਕੋਈ ਮੋਲੈਸਟ ਵੀ ਕਰ ਰਿਹਾ ਜਾਂ ਵੈਸੇ ਵੀ ਤੁਹਾਡੇ ਕੰਮ ਦੇ ਨਾਲ ਲੈ ਕੇ ਤੁਹਾਨੂੰ ਕੋਈ ਧੱਕਾ ਹੋਇਆ ਪਰ ਸਾਡੀ ਵੀ ਇੱਕ ਔਰਗਨਾਈਜੇਸ਼ਨ ਬਣੀ ਆ ਨੌਰਥ ਜ਼ੋਨ ਫਿਲਮ ਐਂਡ ਟੀ ਵੀ ਆਰਟਿਸਟ ਐਸੋਸੀਏਸ਼ਨ ਹੈ ਨਾ ਤੁਹਾਨੂੰ ਲੱਗਦਾ ਕਿ ਅਸੀਂ ਹਾਲੇ ਉਨੀ ਹਰਕਤ ਦੇ ਵਿੱਚ ਨਹੀਂ ਆਏ ਹੈਗੇ ਕਿ ਜਿਵੇਂ ਤੁਸੀਂ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਮੈਂ ਕੁਛ ਇੱਦਾਂ ਦਾ ਸਟਾਰਟ ਕਰ ਸਕਾਂ ਅਗਰ ਕਿਸੇ ਕੋਈ ਪ੍ਰੋਬਲਮ ਫੇਸ ਕਰ ਰਹੀ ਹੈ ਕੁੜੀ ਤਾਂ ਉਹ ਸਾਨੂੰ ਅਪਰੋਚ ਕਰ ਸਕੇ ਤਾਂ ਲੱਗਦਾ ਕਿ ਜਿਹੜੀਆਂ ਸਾਡੇ ਪੰਜਾਬ 'ਚ ਹੀ ਔਰਗਨਾਈਜੇਸ਼ਨਸ ਬਣੀਆਂ ਨੇਗੀਆਂ ਉਹ ਸਿਰਫ ਜਿਹੜੇ ਮਤਲਬ ਜ਼ਰੂਰੀ ਜ਼ਰੂਰੀ ਈਵੈਂਟਸ ਸੈਲੀਬ੍ਰੇਟ ਕਰਨ ਦੇ ਨਾਲੋਂ ਇੱਦਾਂ ਦੀਆਂ ਰਿਸਪੋਂਸੀਬਿਲਿਟੀਜ਼ ਵੀ ਫੀਲ ਕਰਨ ਕਿ ਆਰਟਿਸਟ ਜਾਂ ਫੀਮੇਲ ਆਰਟਿਸਟ ਜਿਹੜੀਆਂ ਹੈਗੀਆਂ ਨੇ ਪਤਾ ਉਹਨਾਂ ਤੱਕ ਇਹ ਚੀਜ਼ ਪਹੁੰਚੀ ਨਾ ਹੋਵੇ ਮੈਂ ਮਲਕੀਤ ਜੀ ਘੁੱਗੀ ਜੀ ਨੌਰਥ ਜ਼ੋਨ ਵਾਲੇ ਆਪਣੇ ਹੈ ਨਾ ਉਹਨਾਂ ਦਾ ਮੈਂ ਡੈਫੀਨੇਟਲੀ ਗੱਲ ਕਰਾਂਗੀ ਇਹਦੇ ਬਾਰੇ ਕਿ ਆਪਾਂ ਨੂੰ ਇਹ ਚੀਜ਼ ਵੀ ਸੋਚਣੀ ਚਾਹੀਦੀ ਆ ਕਈ ਵਾਰੀ ਉਹ ਔਲਰੇਡੀ ਬਹੁਤ ਕੁਛ ਕਰ ਰਹੇ ਨੇ ਜਿੱਦਾਂ ਪਿੱਛੇ ਜੇ ਉਹਨਾਂ ਨੇ ਟ੍ਰੀਜ਼ ਹੈ ਨਾ ਔਲਰੇਡੀ ਸੋ ਜਿੱਦਾਂ ਜਿੱਦਾਂ ਉਹਨਾਂ ਨੂੰ ਫੀਡਬੈਕ ਮਿਲਦੀ ਜਾਏਗੀ ਹੈ ਨਾ ਆਰਟਿਸਟ ਦਿੰਦੇ ਜਾਣਗੇ ਕਿ ਇਹ ਚੀਜ਼ ਦੀ ਲੋੜ ਆ ਉਹ ਆਈ ਐਮ ਸ਼ੋਰ ਉਹ ਕਰਨਗੇ ਇਨਕੋਪਰੇਟ ਕਰਨਗੇ ਆਪਣੇ ਬੋਡੀ ਆਫ ਵਰਕ ਦੇ ਵਿੱਚ ਜੀ ਸੋ ਬਹੁਤ ਮਿਹਰਬਾਨੀ ਅਸੀਂ ਤੁਹਾਡੇ ਫੈਮਿਲੀ ਫੰਕਸ਼ਨ 'ਚ ਆ ਕੇ ਤੁਹਾਡਾ ਟਾਈਮ ਖਰਾਬ ਕੀਤਾ ਟਾਈਮ ਨਹੀਂ ਖਰਾਬ ਕੀਤਾ ਪਰ ਵਧੀਆ ਗੱਲਾਂ ਮਾਰੀਆਂ ਥੈਂਕ ਯੂ ਸੋ ਮਚ ਮੈਮ ਸਾਨੂੰ ਟਾਈਮ ਦੇਣ ਦੇ ਲਈ ਅਤੇ 2020 ਤੁਹਾਡੇ ਲਈ ਬਹੁਤ ਚੰਗਾ ਹੋਵੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਸਨ ਸਾਡੇ ਨਾਲ ਪੰਜਾਬੀ ਫਿਲਮ ਇੰਡਸਟਰੀ ਤੋਂ ਜਪਜੀ ਖਹਿਰਾ ਹੋ ਰਹੀ 2020 6 ਮਾਰਚ ਨੂੰ ਉਹਨਾਂ ਦੀ ਫਿਲਮ ਆ ਰਹੀ ਹੈ ਜੋਰਾ ਦਾ ਸੈਕਿੰਡ ਚੈਪਟਰ ਫਿਲਹਾਲ ਦੇ ਲਈ ਆਪਾਂ ਉਹਨਾਂ ਦੀ ਇਹ ਫਿਲਮ ਨੂੰ ਇੰਜੋਏ ਕਰਾਂਗੇ 2020 ਦੇ ਵਿੱਚ ਹੋਰ ਉਹਨਾਂ ਵੱਲੋਂ ਕੀ ਨਵਾਂ ਆਉਂਦਾ ਉਹਨਾਂ ਦੀ ਸੋਸ਼ਲ ਮੀਡੀਆ ਪੇਜਸ ਤੋਂ ਸਾਨੂੰ ਅਪਡੇਟਸ ਮਿਲਦੀਆਂ ਰਹਿਣਗੀਆਂ ਤੁਸੀਂ ਜੁੜੇ ਰਹੋ ਬੀ ਸੋਸ਼ਲ ਦੇ ਨਾਲ ਮੈਨੂੰ ਗੁਰਦੀਪ ਨੂੰ ਫਿਲਹਾਲ ਦੇ ਲਈ ਇਜਾਜ਼ਤ ਦੇ ਦਿਓ ਸਤਿ ਸ਼੍ਰੀ ਅਕਾਲ